वाहिगुरु जी का खालसा, वाहिगुरु जी की फतेह। गुरु रूप गुरु खालसा साध संगत जी अते प्यारे बच्चियो, आप जी लई एक प्यारा जिहा उद्यम है जो साहिबे कमाल साहिब श्री गुरु गोबिंद सिंह जी महाराज जी दी चलाई हुई टकसाल, जिस दे पहले मुखी बाबा दीप सिंह जी सन। सो उस टकसाल वालों छपिया हुई धर्म पोथियां जिस दे चार भाग हैं, उन्होंने ऑडियो सी डी दे रूप विच आप जी दे सन्मुख लियाउण दा जतन किया है। सो इन्हां चार धर्म पोथियां विच पहले पातशाह साहिब श्री गुरु नानक देव जी महाराज, दूसरे पातशाह श्री गुरु अंगद देव जी महाराज, तीसरे पातशाह श्री गुरु अमरदास जी महाराज अते चौथे पातशाह साहिब श्री गुरु रामदास जी महाराज जी दे जीवन ते आधारित कुछ साखियां हन। सो जिमें जिमें इस पुस्तक विच साखियां छपियां हन उमें ही पढ़न दा जतन कीता है। सो सब तो पहला दसना करिए कि साखी दा भाव की है। सो जे असी साखी दा जो मीनिंग भाव देखिए ता महान कोश विच साखी दे इस तरह मीनिंग अर्थ आउंदे हन। साखी दा भाव है सिख्या, उपदेश, सबक, शब्द, कहानी। साखी दा भाव वार्ता, उदाहरण, मिसाल, जीवन राहदारी, गवाही, शहादत। प्रतख रूप विच साखियातता, गवाह, विचोला, साखियात करदा वेखदा है। साखी होना परमात्मा दा साखियात दर्शन करना। सो यह साखी दे महान कोश विच अर्थ आए हन। सो साखी जिमें जिमें वरतदी है, जिमें जिमें बोली जांदी है, साडे सामने उसे ही तरह दा दृश, उसे तरह दा ही माहौल आ जांदा है कि जिमें गुरु साहिब जी दे जीवन ते आधारित कोई भी साखी पढ़ीए ਤਾਂ ਉਵੇਂ ਉਵੇਂ ਜਿਵੇਂ ਗੁਰੂ ਸਾਹਿਬ ਸਾਡੇ ਸਾਹਮਣੇ ਪ੍ਰਤੱਖ ਹੁਣ ਕੌਤਕ ਹੋ ਰਹੇ ਹਨ, ਐਸਾ ਵਾਪਰ ਜਾਂਦਾ ਹੈ ਕਈ ਵੇਰ। ਸੋ ਮਹਾਰਾਜ ਜੀ ਦਾ ਬਚਨ ਹੈ, ਸੁਣ ਸਾਖੀ ਮਨ ਜਪ ਪਿਆਰ। ਸਾਖੀ ਨੂੰ ਸੁਣ ਕੇ ਸੋ ਮਨ ਵਿੱਚ ਪ੍ਰਭੂ ਪ੍ਰਾਪਤੀ ਦਾ ਪਿਆਰ ਪੈਦਾ ਹੁੰਦਾ ਹੈ। ਸੋ ਇਹਨਾਂ ਯਤਨਾਂ ਕਰਕੇ ਸੋ ਅਸੀਂ ਬੱਚਿਆਂ ਨੂੰ ਨਾਲ ਜੋੜ ਰਹੇ ਹਾਂ ਕਿ ਕਈ ਵੇਰ ਬੱਚੇ ਸਾਖੀਆਂ ਪੜ੍ਹਨ ਤੋਂ, ਕੋਈ ਧਾਰਮਿਕ ਪੁਸਤਕ ਪੜ੍ਹਨ ਤੋਂ ਗੁਰੇਜ਼ ਕਰਦੇ ਹਨ, ਝਿਜਕਦੇ ਹਨ, ਜਾਂ ਉਹ ਆਖਦੇ ਹਨ ਕਿ ਸਾਡੇ ਕੋਲ ਟਾਈਮ ਨਹੀਂ। ਸੋ ਮਾਤਾ ਪਿਤਾ ਅਤੇ ਬੱਚਿਆਂ ਨੂੰ ਬੇਨਤੀ ਹੈ ਕਿ ਘੱਟ ਤੋਂ ਘੱਟ ਇੱਕ ਸਾਖੀ ਰੋਜ਼ ਸੁਣੀ ਜਾਵੇ। ਹਰੇਕ ਸਾਖੀ ਦੇ ਅੰਤ ਵਿੱਚ ਕੁਝ ਪ੍ਰਸ਼ਨ ਦੱਸੇ ਹੁੰਦੇ ਹਨ। ਸੋ ਉਹਨਾਂ ਪ੍ਰਸ਼ਨਾਂ ਨੂੰ ਅਸੀਂ ਆਪਣੀ ਸੀ ਡੀ ਨੂੰ ਪੌਜ਼ ਕਰਕੇ ਭਾਵ ਰੋਕ ਕੇ ਅਸੀਂ ਉਸਦੇ ਉੱਤਰ ਦੇ ਸਕਦੇ ਹਾਂ। ਦੁਆਰਾ ਅਗਲਾ ਪ੍ਰਸ਼ਨ ਜਦੋਂ ਨੈਕਸਟ ਕੁਐਸਚਨ ਆਉਂਦਾ ਹੈ, ਉਦੋਂ ਫਿਰ ਅਗਲਾ ਪ੍ਰਸ਼ਨ ਸੁਣ ਕੇ ਫਿਰ ਉਸਨੂੰ ਰੋਕ ਸਕਦੇ ਹਾਂ ਤੇ ਅਤੇ ਦੂਸਰੇ ਪ੍ਰਸ਼ਨ ਦਾ ਫਿਰ ਉੱਤਰ ਦੇ ਕੇ ਤੀਸਰਾ ਪ੍ਰਸ਼ਨ। ਇਸੇ ਤਰ੍ਹਾਂ ਹਰ ਸਾਖੀ ਦੇ ਅੰਤ ਵਿੱਚ ਉਸ ਸਾਖੀ ਵਿੱਚੋਂ ਜੋ ਪੁਸਤਕ ਵਿੱਚ ਧਰਮ ਪੋਥੀ ਵਿੱਚ ਲਿਖੇ ਹੋਏ ਪ੍ਰਸ਼ਨ ਹਨ ਉਹਨਾਂ ਨੂੰ ਹੀ ਪੁੱਛਿਆ ਗਿਆ ਹੈ। ਸੋ ਬੱਚੇ ਆਪ ਖੁਦ ਸੀ ਡੀ ਰੋਕ ਕੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇ ਸਕਦੇ ਹਨ, ਜਾਂ ਕਦੇ ਮਾਂ ਬਾਪ ਕੋਲ ਹੋਣ ਤਾਂ ਉਹ ਵੀ ਸਾਖੀ ਸੁਣ ਕੇ ਬੱਚਿਆਂ ਨੂੰ ਸੀ ਡੀ ਰੋਕ ਕੇ ਸੋ ਉਹਨਾਂ ਪ੍ਰਸ਼ਨਾਂ ਦੇ ਉੱਤਰ ਪੁੱਛ ਸਕਦੇ ਹਨ ਅਤੇ ਉਹਨਾਂ ਨੂੰ ਸਾਖੀ ਦੇ ਸਮਝਾਉਣ ਵਿੱਚ ਮਦਦ ਕਰ ਸਕਦੇ ਹਨ। ਸੋ ਇਹ ਨਿਮਾਣਾ ਜਿਹਾ ਯਤਨ ਅਸੀਂ ਕਰ ਰਹੇ ਹਾਂ। ਸੋ ਪਹਿਲੀ ਸਾਖੀ ਦੇ ਵਿੱਚ ਬੱਚਿਆਂ ਦਾ ਅਤੇ
ਅਧਿਆਪਕ ਦਾ ਕੁਝ ਆਪਸ ਵਿੱਚ ਸੰਵਾਦ ਹੈ, ਸੋ ਉਹਨਾਂ ਨੂੰ ਪੜ੍ਹ ਕੇ ਆਪ ਜੀ ਨੂੰ ਸੁਣਾ ਰਹੇ ਹਾਂ ਅਤੇ ਅੰਤ ਵਿੱਚ ਉਸਦੇ ਉੱਤਰ ਹਨ। ਉਸ ਤੋਂ ਬਾਅਦ ਹਰੇਕ ਸਾਖੀ ਆਪਣੇ ਆਪ ਹੀ ਚੱਲੀ ਜਾਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਠ ਪਹਿਲਾ, ਗੁਰੂ ਤੇ ਸਿੱਖ। ਅਧਿਆਪਕ, ਬੱਚਿਓ ਦੱਸੋ ਗੁਰੂ ਨਾਨਕ ਦੇਵ ਜੀ ਕੌਣ ਹਨ। ਬਾਲਕ ਜੀ, ਗੁਰੂ ਨਾਨਕ ਦੇਵ ਜੀ ਨੂੰ ਕੌਣ ਨਹੀਂ ਜਾਣਦਾ, ਉਹ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਦੂਸਰਾ ਬਾਲਕ ਜੀ, ਗੁਰੂ ਕਿਸ ਨੂੰ ਕਹਿੰਦੇ ਹਨ। ਅਧਿਆਪਕ, ਆਮ ਤੌਰ ਤੇ ਸਿੱਖਿਆ ਜਾਂ ਮਤ ਦੇਣ ਵਾਲੇ ਹਰੇਕ ਨੂੰ ਗੁਰੂ ਆਖੀਦਾ ਹੈ, ਪਰ ਸਾਡੇ ਸਿੱਖ ਧਰਮ ਵਿੱਚ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਹੀ ਪਾਤਸ਼ਾਹੀਆਂ ਨੂੰ ਇੱਕੋ ਹੀ ਗੁਰੂ ਨਾਨਕ ਦੇਵ ਜੀ ਦੀ ਜੋਤ ਸਮਝ ਕੇ ਗੁਰੂ ਮੰਨਦੇ ਹਨ। ਬਾਲਕ, ਗੁਰੂ ਸਾਹਿਬ ਤਾਂ ਹੁਣ ਸੱਚਖੰਡ ਨੂੰ ਵਾਪਸ ਚਲੇ ਗਏ ਹਨ, ਸਿੱਖਾਂ ਪਾਸ ਹੁਣ ਕਿਹੜਾ ਗੁਰੂ ਹੈ? ਅਧਿਆਪਕ, ਹੁਣ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਸੰਮਤ 1765 ਬਿਕਰਮੀ 4 ਕੱਤਕ ਸੂਦੀ ਦੂਜ ਮੁਤਾਬਕ 4 ਅਕਤੂਬਰ 1708 ਈਸਵੀ ਪੰਜਾਂ ਸਿੰਘਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਖੜੇ ਕਰਕੇ ਸਦਾ ਵਾਸਤੇ ਗੁਰਤਾ ਗੱਦੀ ਦੇ ਕੇ ਕਿਹਾ, ਇਹਨਾਂ ਵਿੱਚ ਅਸੀਂ ਆਪਣੀ ਜੋਤ ਟਿਕਾ ਦਿੱਤੀ ਹੈ, ਇਹ ਸਾਡਾ ਸਰੂਪ ਹਨ, ਅਤੇ ਹੁਕਮ ਕੀਤਾ ਕਿ ਸਾਰੇ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਜਾਂ ਦਸਾਂ ਹੀ ਪਾਤਸ਼ਾਹੀਆਂ ਦਾ ਸਰੂਪ ਕਹਿੰਦੇ ਹਨ। ਹੁਣ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਾਰੇ ਬਾਲਕ, ਮਾਸਟਰ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸਨੇ ਲਿਖਿਆ? ਅਧਿਆਪਕ, ਬੱਚਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਗੁਰਦੁਆਰਾ ਰਾਮਸਰ ਵਾਲੇ ਅਸਥਾਨ ਤੇ, ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਚ ਹੈ, ਤੇ ਲਿਖਵਾਇਆ, ਤੇ ਸੰਮਤ 1661 ਬਿਕਰਮੀ ਵੀਰਵਾਰ 17 ਹਾੜ ਭਾਦਰੋਂ ਸੁਦੀ ਏਕਮ ਮੁਤਾਬਕ 16 ਅਗਸਤ 1604 ਈਸਵੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕੀਤਾ। ਬਾਲਕ, ਮਾਸਟਰ ਜੀ, ਸਾਨੂੰ ਦਸਾਂ ਗੁਰੂ ਸਾਹਿਬਾਂ ਜੀ ਦੇ ਨਾਮ ਦੱਸੋ। ਅਧਿਆਪਕ, ਬਾਲਕੋ, ਸਿੱਖ ਆਪਣੇ ਗੁਰੂ ਸਾਹਿਬਾਂ ਨੂੰ ਪਾਤਸ਼ਾਹੀਆਂ ਵੀ ਕਹਿੰਦੇ ਹਨ। ਦਸਾਂ ਗੁਰੂ ਸਾਹਿਬਾਂ ਦੇ ਨਾਮ ਇਸ ਤਰ੍ਹਾਂ ਹਨ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ, ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ, ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ, ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ, ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ, ਅੱਠਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਦਸਾਂ ਪਾਤਸ਼ਾਹੀਆਂ ਦੀ ਆਤਮ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਲਕ ਜੀ, ਸਿੱਖ ਕਿਸ ਨੂੰ ਕਹਿੰਦੇ ਹਨ? ਅਧਿਆਪਕ, ਜੋ ਦਸਾਂ ਸਤਿਗੁਰੂ ਸਾਹਿਬਾਨਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਜਾਂ ਸਿੱਖਿਆਵਾਂ ਨੂੰ ਮੰਨਦਾ ਹੈ, ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਪਰ ਬਾਲਕੋ, ਇੱਕ ਸਵਾਲ ਮੈਂ ਵੀ ਪੁੱਛਦਾ ਹਾਂ। ਸਾਰੇ ਬਾਲਕ, ਪੁੱਛੋ ਜੀ, ਜ਼ਰੂਰ ਪੁੱਛੋ। ਅਧਿਆਪਕ, ਦੱਸੋ ਸਿੱਖ ਦੀ ਕੀ ਪਛਾਣ ਹੁੰਦੀ ਹੈ? ਕਿਸੇ ਨੂੰ ਵੇਖ ਕੇ ਕਿਵੇਂ ਬੁੱਝੋਗੇ ਕਿ ਉਹ ਸਿੱਖ ਹੈ ਜਾਂ ਕੋਈ ਹੋਰ? ਸਾਰੇ ਬਾਲਕ ਜੀ, ਇਹ ਵੀ ਕੋਈ ਲੁਕੀ ਛੁਪੀ ਗੱਲ ਹੈ। ਸਿੱਖਾਂ ਦੇ ਸਿਰ ਉੱਤੇ ਕੇਸ ਹੁੰਦੇ ਹਨ, ਮੂੰਹ ਉੱਤੇ ਦਾੜੀ, ਬਸ ਇਹੋ ਹੀ ਸਿੱਖਾਂ ਦੀ ਪਛਾਣ ਹੁੰਦੀ ਹੈ।
अध्यापक तुसी गलतां ठीक आखी है पर केस ते दाढ़ी तो बिना होर भी निशानियां हुंदियां हन सिखां नूं पछाणन दियां दसो ओह केड़ियां हन। बालक जी सिख केसां विच कंगा रखदे हन हथीं लोहे दा कड़ा पाउंदे हन टेढ़ कशहरा पाउंदे हन अते किरपान भी पाउंदे हन। अध्यापक तुसी बड़े सियाणे हो तां सिखां नूं पछाणन दियां पंज निशानियां होईयां केस भाव दाढ़ी नंबर दो कंगा नंबर तीन कड़ा नंबर चार कशहरा अते नंबर पंज किरपान। इहनां पंजां दे मुढ़ विच कक्का अखर लगदा है इसलिए इहनां नूं पंज कक्के जां पंज ककार भी आखदे हन। हरेक सिख पास इह ककार होने जरूरी हन। वाहिगुरु जी का खालसा वाहिगुरु जी की फतेह। सो हुण इस बच्चियां ते अध्यापक दा जो संवाद ओह समाप्त हुंदा है इस तो बाद हर एक साखी चलेगी। सो इस संवाद विच बच्चियां लई प्रश्न हन। पहला प्रश्न है गुरु किस नूं आखदे हन। सो इस तो बाद सीडी रोक के तुसी इस दा उत्तर दे सकते हो। नंबर दो श्री गुरु ग्रंथ साहिब जी किहड़े गुरु जी ने लिखे अते किथे लिखे। तुसी फिर सीडी नूं रोक के इसका उत्तर दे सकते हो। तीसरा प्रश्न श्री हरिमंदर साहब विच श्री गुरु ग्रंथ साहब जी का प्रकाश कदों होया। हुण चौथा प्रश्न गुरु साहब जी दे नाम कंठ करो भाव याद करो अते दसो। पंजवां प्रश्न सिखां दा हुण गुरु कौन है। छेवां प्रश्न सिख किस नूं आखदे हन ते सिखी दियां की निशानियां हन। सो ऐसे प्रकार हर एक साखी दे अंत विच इन्हां प्रश्नां दा उत्तर दे के अपने सतगुरु जी दीआं खुशियां प्राप्त करनियां जी। ते इस प्रश्नां दे उत्तर देण नाल तुहाडी जनरल नॉलेज भी वधदी है तुहाडे ज्ञान विच वाधा हुंदा है। सो सारिआं ने इन्हां साखियां तों बहुत वध तो वध लाहा लेना अते जतन करना कि बच्चे नू हर रोज यह साखियां सुनाइया जान अते वध तो वध सीढ़ियां बना के होरना बच्चे नू भी बंडिया जान। वाहिगुरु जी का खालसा वाहिगुरु जी की फतेह। वाहिगुरु पाठ दूजा श्री गुरु नानक देव जी दी बाल लीला। श्री गुरु नानक देव जी ने राय भोए की तलवंडी विच सम्मत 1526 बिक्रमी 21 कत्तक दी पूर्णमासी मुताबक 1469 ईस्वी 20 अक्तूबर नूं अवतार धारिया। ओह अस्थान हुण पाकिस्तान दे जिला शेखूपुर विच है। श्री गुरु नानक देव जी दे अवतार धारण तो बाद राय बुलार ने राय भोए की तलवंडी का नाम बदल के ननकाणा साहब रख दिता। गुरु जी दे पिता जी का नाम मेहता कल्याण चंद जी आम करके उहना नूं मेहता कालू जी सद्या जांदा सी। गुरु जी दी माता जी का नाम माता तृप्ता जी सी। उहना दी एक भैन सी ओह उम्र विच उहना नालों 5 साल वड्डी सी। उहना दा नाम बेबे नानकी जी सी। आप जी दे चाचा जी दा नाम लाल चंद सी। गुरु जी दा दादका पिंड डेरा साहिब पठे पिंड जो जिला अमृतसर साहिब विच तरन तारण साहिब तों 20 किलोमीटर आप जी दे नानके लाहौर तो कभिंड जांदियां 35 किलोमीटर दूर पिंड डेहरा चहल विच सन। बेबे नानकी जी दा जन्म नानके पिंड ही होया। गुरु जी दे इत्थे नानके होण करके कई बारी चरण पए। गुरु जी ने नाना भाई राम जी नानी भिराई जी मामा कृष्णा जी सन। गुरु नानक देव जी जदों 5 साल दे होए ता आप जी हाणी बालकां नाल खेड़दे अते
ਮੂੰਹੋਂ ਭਾਉ ਭਗਤੀ ਦੇ ਬਚਨ ਕਰਦੇ ਰਹਿੰਦੇ ਸਨ। ਬਾਲਕ ਪ੍ਰੇਮ ਨਾਲ ਗੁਰੂ ਜੀ ਦੇ ਬਚਨ ਸੁਣ ਕੇ ਆਪ ਜੀ ਦੀ ਸੰਗਤ ਨਹੀਂ ਛੱਡਦੇ ਸਨ। ਆਉਂਦੇ ਜਾਂਦੇ ਮਨੁੱਖ ਵੀ ਗੁਰੂ ਜੀ ਦੇ ਮਿੱਠੇ ਬਚਨ ਸੁਣ ਕੇ ਆਖਦੇ, ਇਹ ਬਾਲਕ ਬਾਲ ਉਮਰ ਵਿੱਚ ਹੀ ਅਮੋਲਕ ਬਚਨ ਬੋਲਦਾ ਰਿਹਾ ਹੈ। ਜਦ ਗੁਰੂ ਜੀ ਪੜ੍ਹਨ ਦੇ ਲਾਇਕ ਹੋਏ ਤਾਂ ਉਹਨਾਂ ਨੂੰ ਪਹਿਲਾਂ ਪਿਤਾ ਜੀ ਨੇ ਗੋਪਾਲ ਦੱਤ ਪਾਂਧੇ ਪਾਸ ਪੜ੍ਹਨੇ ਪਾਇਆ। ਦੋ ਕੁ ਦਿਨ ਗੁਰੂ ਜੀ ਪਾਂਧੇ ਪਾਸ ਪੜ੍ਹਦੇ ਰਹੇ। ਤੀਸਰੇ ਦਿਨ ਗੁਰੂ ਜੀ ਨੇ ਬਾਣੀ ਉਚਾਰ ਕੇ ਉਸਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਪਾਂਧੇ ਨੇ ਬਾਬਾ ਕਾਲੂ ਜੀ ਨੂੰ ਕਿਹਾ, ਤੁਹਾਡੇ ਪੁੱਤਰ ਨੇ ਪਹਿਲਾਂ ਹੀ ਸਭ ਕੁਛ ਪੜ੍ਹਿਆ ਹੋਇਆ ਹੈ, ਇਸ ਨੂੰ ਪੜ੍ਹਨ ਦੀ ਕੋਈ ਲੋੜ ਨਹੀਂ। ਫਿਰ ਪਿਤਾ ਜੀ ਨੇ ਗੁਰੂ ਜੀ ਨੂੰ ਨੂਰਦੀਨ ਮੁੱਲਾ ਪਾਸ ਫਾਰਸੀ ਪੜ੍ਹਨੇ ਪਾਇਆ। ਦੋ ਕੁ ਦਿਨ ਪੜ੍ਹਨ ਤੋਂ ਬਾਅਦ ਮੁੱਲਾ ਨੂੰ ਵੀ ਫਾਰਸੀ ਵਿੱਚ ਬਾਣੀ ਉਚਾਰ ਕੇ ਉਪਦੇਸ਼ ਦੇ ਕੇ ਨਿਹਾਲ ਕੀਤਾ। ਬਚਨ ਹਨ, ਜਗ ਅਰਜ ਗੁਸਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਬਤ ਵਗਾਰ, ਦੁਨੀਆ ਮਕਾਮੇ ਫਾਨੀ ਤਹਕੀਕ ਦਿਲਦਾਨੀ, ਮਮ ਸਰਮੂਏ ਅਜ਼ਰਾਇਲ ਗ੍ਰਿਫਤ ਹੈ ਦਿਲ ਹੇਜ ਨਾਦਾਨੀ, ਇਸ ਸ਼ਬਦ ਉਚਾਰ ਕੇ ਨਿਹਾਲ ਕੀਤਾ। ਇਸ ਤਰ੍ਹਾਂ ਬਾਣੀ ਦੀ ਗੁਰੂ ਜੀ ਦੀ ਇਸ ਤਰ੍ਹਾਂ ਗੁਰੂ ਜੀ ਦੀਆਂ ਬਾਲ ਉਮਰ ਵਿੱਚ ਦੀਆਂ ਗੱਲਾਂ ਬੜੀਆਂ ਅਸਚਰਜ ਹਨ। ਉਹਨਾਂ ਨੂੰ ਗੁਰੂ ਜੀ ਦੀ ਬਾਲ ਲੀਲਾ ਕਹਿੰਦੇ ਹਨ। ਗੁਰੂ ਜੀ ਦਾ ਦਿਲ ਬੜਾ ਦਇਆ ਨਾਲ ਭਰਿਆ ਸੀ। ਜਦ ਵੀ ਕਿਸੇ ਗਰੀਬ ਗੁਰਬੇ ਜਾਂ ਨੰਗੇ ਭੁੱਖੇ ਨੂੰ ਵੇਖਦੇ ਤਾਂ ਉਹਨਾਂ ਕੁਝ ਨਾ ਕੁਝ ਜ਼ਰੂਰ ਦਿੰਦੇ। ਗੁਰੂ ਜੀ ਹਰ ਵੇਲੇ ਪਰਮੇਸ਼ਰ ਦਾ ਨਾਮ ਲੈਂਦੇ ਰਹਿੰਦੇ ਅਤੇ ਸੰਗੀਆਂ ਸਾਥੀਆਂ ਨੂੰ ਵੀ ਨਾਮ ਜਪਣ ਲਈ ਵੱਲ ਲਾਈ ਰੱਖਦੇ। ਕੁਝ ਸਮੇਂ ਤੋਂ ਬਾਅਦ ਗੁਰੂ ਜੀ ਉਦਾਸ ਬ੍ਰਿਧੀ ਵਿੱਚ ਰਹਿਣ ਲੱਗ ਪਏ। ਇਹ ਵੇਖ ਕੇ ਕਈ ਆਖਦੇ ਇਸ ਬਾਲਕ ਨੂੰ ਛਾਇਆ ਚਿੰਬੜ ਗਈ ਹੈ, ਕਈ ਆਖਦੇ ਇਸ ਨੂੰ ਨਜ਼ਰ ਲੱਗ ਗਈ ਹੈ। ਮੂਰਖ ਲੋਕ ਗੁਰੂ ਜੀ ਦੇ ਕੌਤਕ ਨਹੀਂ ਸਨ ਜਾਣਦੇ। ਕੁਝ ਸਮਾਂ ਇਸ ਤਰ੍ਹਾਂ ਬੀਤ ਗਿਆ। ਬਾਬਾ ਕਾਲੂ ਜੀ ਨੇ ਸੋਚਿਆ, ਇਹਨਾਂ ਦਾ ਦਿਲ ਨਹੀਂ ਲੱਗਦਾ, ਇਸ ਕਰਕੇ ਇਹਨਾਂ ਨੂੰ ਕਿਸੇ ਕੰਮ ਵਿੱਚ ਲਾਈਏ। ਇਹ ਸੋਚ ਕੇ ਬਾਬਾ ਕਾਲੂ ਜੀ ਨੇ ਗੁਰੂ ਜੀ ਨੂੰ ਕਿਹਾ, ਸਾਡੇ ਨੌਕਰ ਪਸ਼ੂਆਂ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਨਹੀਂ ਕਰਦੇ, ਤੁਸੀਂ ਕੱਲ ਤੋਂ ਗਊਆਂ ਮੱਝਾਂ ਨੂੰ ਚਾਰ ਕੇ ਲਿਆਇਆ ਕਰੋ। ਗੁਰੂ ਜੀ ਨੇ ਸੱਤ ਬਚਨ ਆਖ ਕੇ ਕਿਹਾ, ਪਿਤਾ ਜੀ ਸਵੇਰ ਤੋਂ ਮੈਂ ਪਸ਼ੂ ਚਾਰ ਕੇ ਲਿਆਇਆ ਕਰਾਂਗਾ। ਗੁਰੂ ਜੀ ਦੂਜੇ ਦਿਨ ਸੂਰਜ ਚੜੇ ਪਸ਼ੂਆਂ ਨੂੰ ਚਾਰਨ ਵਾਸਤੇ ਲੈ ਗਏ। ਸਾਰਾ ਦਿਨ ਜੰਗਲ ਵਿੱਚ ਪਸ਼ੂ ਚਰਦੇ ਰਹੇ, ਸ਼ਾਮ ਵੇਲੇ ਪਸ਼ੂਆਂ ਨੂੰ ਘਰ ਲੈ ਆਏ। ਬਾਬਾ ਕਾਲੂ ਜੀ ਇਹ ਵੇਖ ਕੇ ਬਹੁਤ ਖੁਸ਼ ਹੋਏ। ਗੁਰੂ ਜੀ ਹਰ ਰੋਜ਼ ਪਸ਼ੂਆਂ ਨੂੰ ਚਾਰਨ ਵਾਸਤੇ ਲੈ ਜਾਂਦੇ। ਇੱਕ ਦਿਨ ਗੁਰੂ ਜੀ ਆਰਾਮ ਕਰਨ ਲੱਗ ਪਏ। ਪਸ਼ੂ ਕਣਕ ਦੀ ਇੱਕ ਪੈਲੀ ਵਿੱਚ ਵੜ ਗਏ ਤੇ ਕਣਕ ਦਾ ਸਾਰਾ ਖੇਤ ਚਰ ਕੇ ਉਸੇ ਵਿੱਚ ਬੈਠ ਗਏ। ਇਤਨੇ ਸਮੇਂ ਵਿੱਚ ਖੇਤ ਦਾ ਮਾਲਕ ਆ ਗਿਆ। ਉਸਨੇ ਕਣਕ ਦੀ ਫਸਲ ਉੱਜੜੀ ਅਤੇ ਪਸ਼ੂ ਪੈਲੀ ਵਿੱਚ ਬੈਠੇ ਵੇਖ ਕੇ ਉਹ ਹੈਰਾਨ ਹੋ ਗਿਆ। ਪੈਲੀ ਦਾ ਮਾਲਕ ਕਹਿਣ ਲੱਗਾ ਕਿ ਮੇਰੀ ਪੈਲੀ ਇਸ ਢੀਠ ਨੇ ਨਿਖਸਮੀ ਜਾਣ ਕੇ ਉਜਾੜ ਦਿੱਤੀ ਹੈ। ਇਤਨੀ ਗੱਲ ਸੁਣ ਕੇ ਗੁਰੂ ਜੀ ਜਾਗ ਪਏ ਤੇ ਪੈਲੀ ਵਿੱਚੋਂ ਪਸ਼ੂ ਬਾਹਰ ਕੱਢਣ ਲੱਗ ਪਏ। ਜ਼ਿਮੀਦਾਰ ਨੇ ਕਿਹਾ, ਖੇਤ ਦਾ ਉਜਾੜਾ ਭਰ, ਨਹੀਂ ਤਾਂ ਰਾਹੇ ਬੁਲਾਰ ਪਾਸ ਚੱਲ। ਉਸਨੇ ਗੁਰੂ ਜੀ ਨਾਲ ਝਗੜਦੇ ਨੇ ਰਾਏ ਬੁਲਾਰ ਪਾਸ ਜਾ ਸ਼ਿਕਾਇਤ ਕੀਤੀ ਕਿ ਤੁਹਾਡੇ ਪਟਵਾਰੀ ਦੇ ਪੁੱਤਰ ਨੇ ਮੇਰੀ ਕਣਕ ਦੀ ਸਾਰੀ ਫਸਲ ਉਜਾੜ ਦਿੱਤੀ ਹੈ। ਹੇ ਰਾਜਨ, ਮੇਰਾ ਨਿਆਂ ਕਰੋ। ਇਹ ਸੁਣ ਕੇ ਰਾਏ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਬੁਲਾ ਕੇ ਕਿਹਾ ਕਿ ਤੇਰੇ ਪੁੱਤਰ ਮਸਤਾਨਾ ਹੈ, ਇਸ ਨੂੰ ਪਸ਼ੂ ਚਾਰਨ ਵਾਸਤੇ ਕਿਉਂ ਘੱਲਿਆ ਹੈ? ਸਤਿਗੁਰੂ ਜੀ ਨੇ ਰਾਏ ਬੁਲਾਰ ਤੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਪਸ਼ੂਆਂ ਨੇ ਖੇਤ ਦਾ ਕੋਈ ਨੁਕਸਾਨ ਨਹੀਂ ਕੀਤਾ, ਖੇਤੀ ਉਸੇ ਤਰ੍ਹਾਂ ਹੀ ਹਰੀ ਭਰੀ ਹੈ। ਜ਼ਿਮੀਦਾਰ ਨੇ ਕਿਹਾ, ਇਸਨੇ ਮੇਰੀ ਖੇਤੀ ਸਾਰੀ ਉਜਾੜ ਦਿੱਤੀ ਹੈ। ਦੋਹਾਂ ਤੋਂ ਇਸ ਤਰ੍ਹਾਂ ਸੁਣ ਕੇ ਰਾਏ ਬੁਲਾਰ ਨੇ ਇੱਕ ਆਦਮੀ ਨੂੰ ਖੇਤ ਵੇਖਣ ਵਾਸਤੇ ਭੇਜਿਆ। ਸਤਿਗੁਰਾਂ ਦੇ ਬਚਨ ਨਾਲ ਖੇਤੀ ਉਸੇ ਤਰ੍ਹਾਂ ਹਰੀ ਭਰੀ ਹੋ ਗਈ। ਕਣਕ ਦਾ ਖੇਤ ਉਸੇ ਤਰ੍ਹਾਂ ਹਰਾ ਭਰਾ ਵੇਖ ਕੇ
उस मनुख ने आके कहा कि जिमीदार झूठी दुहाई दे रहा है। जदों जिमीदार ने इस तरह के बचन सुने तो आप वेखण गया, उसी तरह कणक हरी भरी वेख के हैरान हो गया अते शर्मिंदा होके राय बुलार पास वापस ना गया। राय बुलार ने जाणिया जिमीदार झूठा है, माड़े भागां वाला जिमीदार सतगुरु दे कौतक वेख के उन्हें चरनी नहीं पै सकिया। बाबा कालू जी अते सतगुरु जी घर नूं वापस आ गए। जिस जगह गुरु जी दे बचना नाल खेती हरी होई सी उस जगह दा हुण गुरद्वारा क्यारा साहिब बनिया होया है। वाहिगुरु जी का खालसा, वाहिगुरु जी की फतेह। इस साखी सुन उपरंत बच्चों वास्ते कुछ प्रश्न हैं, क्वेश्चन हैं। पहला प्रश्न है, गुरु नानक देव जी ने अवतार किथे ते कदों धारिया? दूजा प्रश्न है, गुरु जी दे पिता माता अते भैन जी दा नाम की सी? तीजा प्रश्न, पहला गुरु जी नूं बाबा कालू जी ने किस पास पढ़ने पाया सी? जद गुरु, चौथा प्रश्न, जद गुरु जी मस्त सुभाव विच रहण लगे तां लोकी की कहंदे सन? पंजवा प्रश्न, जिस जगह गुरु जी दे बचन नाल खेत हरा भरिया होया सी उसका इतिहास दसो। ये पांच प्रश्न हैं। जो भी बच्चा यह प्रश्न दसेगा वह गुरु जी ने खुशियां प्राप्त करेगा जी। वाहिगुरु जी का खालसा, वाहिगुरु जी की फतेह। पाठ तीजा, सप ने छां करनी। श्री गुरु नानक देव जी विसाख दे महीने जंगल विच गऊआं ते मंझां नूं चार रहे सन। जदों दुपहर होई तां गुरु जी एक संघने रुख दी छावें कपड़ा बिछा के लम्मे पै गए। जदों कुछ समां बीतिया होया तां सूरज ढल गया ते दरख्तां दा परछावां दूजे पासे हो गया। शेषनाग ने इस तरह वेख के सोचिया के मैं भी इन्हां दी सेवा विच हिस्सा पावां ते धुप हटा के छां करां। इस तरह सोच के उसने रूप बटा के एक चिट्टे दुध वर्गे सप दे रूप विच आ के चरना वल मत्था टेक के तीन परिक्रमा करके सिर वाले पासे अपना फन खिलार के छां कर दित्ती। इस तरह छां कीती नूं किन्ना ही समा बीत गया। तलवंडी दा राजा राय बुलार किसे पासे तो फौज समेत तलवंडी नूं आ रहा सी। उसदे भाग जाग पए, उह सप नूं वेख के नेड़े आया। उसने सोचिया जां तां सप ने बालक नूं मार दिता है, जे जिउंदा है तां जरूर कोई अवतार होवेगा तां सप ने इस दी सेवा कीती है। अगे वेखण वास्ते अपना एक नौकर भेजिया, उस नूं वेख के सप उत्थों चलिया गया। फिर राजा घोड़े तों चढ़ के वेखण वास्ते आया, जिसदे नाल बहुत सारे सूरमियां दी भीड़ सी। सारे पापां दे नाश करन वाले सतगुरु जी नूं राजे ने घोड़े तों उतर के बहुते प्रेम नाल मत्था टेकिया अते जाणिया इह अवतार हन। उस दिन तो राजा सतगुरु जी नूं अवतार रूप समझण लग पिया, फिर कदे भी ना डोलिया। राजा घोड़े उत्ते चढ़ के खुशी खुशी फौजा समेत घर नूं आ गया ते अपने मन विच सोचण लगा, जदों इह जवान होवेगा तां मैं इन्हां नूं बेनती करांगा मैनूं जन्म मरण तों मुक्त कर दिओ। आपने एक नौकर नूं भेज के बाबा काली कालू जी नूं दस्या अते आदर नाल कोल बिठा के कहा, कल्याण चंद तू अपने पुत्र नूं पुत्र ना समझी, इह तेरे घर विच परमेसर अवतार धार के आए हन। तेरे पिछले वड्डे भाग जाग पए हन, तेरे बराबर मैं होर किसे नूं नहीं देखदा। इन्हां नूं भोजन वस्त्र प्रेम नाल दिंदा रही, अपना पुत्र जान के इन्हां दा निरादर ना करी, इन्हां दे परमेसर दा अवतार जान के सरदा रखी।
राय बुलार ने बाबा कालू जी नूं सप ते छां करन दी सारी गल दसी। ਇਹ ਸੁੱਤੇ ਪਏ ਸਨ ਤਾਂ ਇਹਨਾਂ ਉੱਪਰ ਧੁੱਪ ਆ ਗਈ। ਸੱਪ ਨੇ ਇਹਨਾਂ ਉੱਪਰ ਛਾਂ ਕੀਤੀ ਹੋਈ ਸੀ। ਸਾਨੂੰ ਵੇਖ ਕੇ ਸੱਪ ਚਲਿਆ ਗਿਆ। ਇਹ ਸੁਣ ਕੇ ਬਾਬਾ ਕਾਲੂ ਜੀ ਨੇ ਆਖਿਆ, ਠੀਕ ਹੈ, ਉਹਨਾਂ ਉੱਪਰ ਮਾਇਆ ਦਾ ਮੋਹ ਸੀ। ਸਾਰੀ ਮਾਇਆ ਗੁਰੂ ਜੀ ਦੇ ਹੁਕਮ ਵਿੱਚ ਹੈ। ਜਿਵੇਂ ਉਸ ਨੂੰ ਚਲਾਉਂਦੇ ਹਨ ਉਸੇ ਤਰ੍ਹਾਂ ਹੀ ਚੱਲਦੀ ਹੈ। ਬਾਬਾ ਕਾਲੂ ਜੀ ਖੁਸ਼ੀ ਖੁਸ਼ੀ ਘਰ ਨੂੰ ਆ ਗਏ। ਗੁਰੂ ਜੀ ਨੇ ਪ੍ਰਸੰਨ ਚਿਤ ਨਾਲ ਪਸ਼ੂ ਚਾਰ ਕੇ ਘਰ ਲਿਆਂਦੇ। ਉਸ ਦਿਨ ਤੋਂ ਤਲਵੰਡੀ ਨਗਰ ਦੇ ਘਰ ਘਰ ਵਿੱਚ ਗੁਰੂ ਜੀ ਦਾ ਜਸ ਹੋਣ ਲੱਗ ਪਿਆ। ਸਾਰੇ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਕਾਲੂ ਜੀ ਦੇ ਪੁੱਤਰ ਸ਼ਕਤੀ ਵਾਲੇ ਹਨ, ਇਹਨਾਂ ਉੱਪਰ ਸੱਪ ਨੇ ਛਾਂ ਕੀਤੀ ਅਤੇ ਇਹ ਕੌਤਕ ਰਾਏ ਬੁਲਾਰ ਜੀ ਨੇ ਆਪਣੇ ਅੱਖੀ ਵੇਖਿਆ ਹੈ। ਇਹ ਸ਼ਕਤੀ ਨੂੰ ਛੁਪਾ ਕੇ ਰੱਖਦੇ ਹਨ ਅਤੇ ਜ਼ਾਹਰ ਨਹੀਂ ਹੋਣ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਲਈ ਪ੍ਰਸ਼ਨ। ਪਹਿਲਾ ਪ੍ਰਸ਼ਨ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ੇਸ਼ਨਾਗ ਨੇ ਕੀ ਸਮਝ ਕੇ ਸੇਵਾ ਕੀਤੀ ਸੀ? ਦੂਸਰਾ ਪ੍ਰਸ਼ਨ, ਰਾਏ ਬੁਲਾਰ ਨੇ ਗੁਰੂ ਜੀ ਨੂੰ ਕਿਸ ਕਾਰਨ ਕਰਕੇ ਅਵਤਾਰ ਰੂਪ ਸਮਝਿਆ? ਤੀਸਰਾ ਪ੍ਰਸ਼ਨ, ਰਾਏ ਬੁਲਾਰ ਆਪਣੀ ਕਲਿਆਣ ਵਾਸਤੇ ਕੀ ਸੋਚਦਾ ਸੀ? ਚੌਥਾ ਪ੍ਰਸ਼ਨ, ਰਾਏ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਗੁਰੂ ਜੀ ਬਾਰੇ ਕੀ ਕਿਹਾ? ਪੰਜਵਾਂ ਪ੍ਰਸ਼ਨ, ਗੁਰੂ ਜੀ ਰਾਏ ਬੁਲਾਰ ਤੋਂ ਸੁਣ ਕੇ ਨਗਰ ਵਾਸੀ ਕੀ ਕਹਿੰਦੇ ਸਨ? ਇਹਨਾਂ ਪੰਜਾਂ ਪ੍ਰਸ਼ਨਾਂ ਦੇ ਉੱਤਰ ਵਿਦਿਆਰਥੀ ਦੇਣ, ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਠ ਚੌਥਾ, ਗੁਰੂ ਜੀ ਨੇ ਖੇਤੀ ਬੀਜਣੀ, ਰੁੱਖਾਂ ਦੀ ਛਾਂ ਟਿਕੀ। ਇੱਕ ਦਿਨ ਬਾਬਾ ਕਾਲੂ ਜੀ ਨੇ ਪ੍ਰੇਮ ਨਾਲ ਗੁਰੂ ਜੀ ਨੂੰ ਕਿਹਾ, ਹੇ ਪੁੱਤਰ, ਤੂੰ ਹੁਣ ਸਿਆਣਾ ਹੋ ਗਿਆ ਹੈ, ਪਸ਼ੂ ਚਾਰਨੇ ਛੱਡ ਕੇ ਗਊਆਂ ਦੇ ਵੱਗ ਵਿੱਚੋਂ ਦੋ ਚੰਗੇ ਬੌਲਦ ਲੈ, ਹਲ ਤੇ ਬੀਜ ਘਰੋਂ ਲੈ ਲੈ ਤੇ ਨੌਕਰਾਂ ਨੂੰ ਨਾਲ ਲੈ ਕੇ ਪੈਲੀ ਬੀਜ। ਉਸ ਫਸਲ ਨੂੰ ਪਾਣੀ ਨਾਲ ਸਿੰਜ ਕੇ ਪਸ਼ੂਆਂ ਤੋਂ ਰਾਖੀ ਕਰ, ਫਿਰ ਫਸਲ ਨੂੰ ਪਕਾ ਕੇ ਪਿੜ ਬਣਾ ਕੇ ਉਹਨਾਂ ਨੂੰ ਗਹੁਣਾ ਕਰ। ਜੇ ਤੂੰ ਬਹੁਤ ਅੰਨ ਲਿਆਵੇਂਗਾ ਤਾਂ ਤੇਰੇ ਨਾਲ ਹੋਰ ਕੁਝ ਕੁ ਨੌਕਰ ਰੱਖ ਦਿਆਂਗਾ, ਘਰ ਵਿੱਚ ਅਟੁੱਟ ਪਦਾਰਥ ਹੋ ਜਾਣਗੇ। ਗੁਰੂ ਜੀ ਕਹਿਣ ਲੱਗੇ, ਆਪ ਜੀ ਜਿਸ ਤਰ੍ਹਾਂ ਆਗਿਆ ਕਰੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਉਦੋਂ ਬਾਬਾ ਕਾਲੂ ਜੀ ਨੇ ਘਰੋਂ ਬੀਜ ਦੇ ਕੇ ਇੱਕ ਕਾਮਾ ਨਾਲ ਭੇਜ ਦਿੱਤਾ, ਹਲ ਤੇ ਬੀਜ ਲੈ ਕੇ ਦੋਵੇਂ ਪੈਲੀ ਬੀਜਣ ਗਏ। ਪੈਲੀ ਵਾਹ ਕੇ ਸਾਰਾ ਬੀਜ ਕੇ ਘਰ ਨੂੰ ਆ ਗਏ। ਬਾਬਾ ਕਾਲੂ ਜੀ ਇਹ ਵੇਖ ਕੇ ਬਹੁਤ ਖੁਸ਼ ਹੋਏ। ਗੁਰੂ ਜੀ ਦੇ ਹੱਥਾਂ ਵਿੱਚੋਂ ਬਹੁਤ ਬਰਕਤ ਸੀ। ਤੀਜੇ ਦਿਨ ਸਾਰਾ ਬੀਜ ਉੱਗ ਪਿਆ ਤੇ ਪੈਲੀ ਹਰੀ ਹੋ ਗਈ। ਜਦੋਂ ਬਾਬਾ ਕਾਲੂ ਜੀ ਨੇ ਪੈਲੀ ਵੇਖੀ ਤਾਂ ਬਹੁਤ ਖੁਸ਼ ਹੋਏ ਅਤੇ ਸੋਚਣ ਲੱਗੇ ਕਿ ਮੇਰਾ ਪੁੱਤਰ ਬਹੁਤ ਵੱਡਾ ਜ਼ਿਮੀਂਦਾਰ ਬਣੇਗਾ, ਇਸ ਨੂੰ ਮੈਂ ਇੱਕ ਵੱਖਰਾ ਪਿੰਡ ਦੇ ਦਿਆਂਗਾ, ਇਹ ਬਹੁਤੇ ਚੰਗੇ ਤਰੀਕੇ ਨਾਲ ਕਮਾਈ ਕਰੇਗਾ, ਧਨ ਕਮਾਏਗਾ। ਇਸ ਤਰ੍ਹਾਂ ਮਨ ਵਿੱਚ ਸੋਚਣ ਲੱਗੇ। ਗੁਰੂ ਜੀ ਨੇ ਵਿਚਾਰ ਕੀਤੀ ਕਿ ਪਿਤਾ ਜੀ ਦੀ ਹਰ ਰੋਜ਼ ਦੀ ਧਨ ਦੀ ਤ੍ਰਿਸ਼ਨਾ ਵੱਧਦੀ ਜਾ ਰਹੀ ਹੈ, ਇਸ ਕਰਕੇ ਇਸ ਦਾ ਹੁਣੇ ਹੀ ਉਪਾਅ ਕਰੀਏ, ਇਹਨਾਂ ਦਾ ਧਨ ਕਮਾਉਣ ਦਾ ਝੋਰਾ ਮਿਟਾਈਏ। ਇਸ ਕਰਕੇ ਆਪ ਜੀ ਪੈੜੀ ਦੀ ਰਾਖੀ ਕਰਨ ਵਾਸਤੇ ਗਏ ਅਤੇ ਕਿਸੇ ਵੀ ਪਸ਼ੂ ਨੂੰ ਫਸਲ ਚਰਨ ਤੋਂ ਨਹੀਂ ਰੋਕਦੇ ਤੇ ਪਸ਼ੂ ਆਨੰਦ ਨਾਲ ਫਸਲ ਚਰਦੇ ਰਹਿੰਦੇ ਸਨ। ਇੱਕ ਦਿਨ ਜਦੋਂ ਬਾਬਾ ਕਾਲੂ ਜੀ ਫਸਲ ਵੇਖਣ ਗਏ ਤਾਂ ਕੀ ਵੇਖਦੇ ਹਨ ਕਿ ਗੁਰੂ ਜੀ ਲਾਗੇ ਬੈਠੇ ਹਨ ਤੇ ਕਿਸੇ ਵੀ ਪਸ਼ੂ ਨੂੰ ਫਸਲ ਚਰਨ ਤੋਂ ਨਹੀਂ ਰੋਕਦੇ।
ਇਸ ਤਰ੍ਹਾਂ ਵੇਖ ਕੇ ਬਾਬਾ ਕਾਲੂ ਜੀ ਨੂੰ ਬਹੁਤ ਗੁੱਸਾ ਆਇਆ ਅਤੇ ਮੂੰਹੋਂ ਬਹੁਤ ਖੋਟੇ ਬਚਨ ਬੋਲੇ ਤੇ ਕਹਿਣ ਲੱਗੇ, ਮੈਂ ਆਪਣੇ ਬਹੁਤੇ ਮਾੜੇ ਭਾਗ ਜਾਣੇ ਹਨ। हे पुत्र, जदों दा तू जम्मिया है मेरा घर उजाड़ दिता है। तेरी एहो ही आदत निक्के हुंदिया तो ही चली आ रही है। तू घर दियां चीजां गवा के घर खाली कर दिता है। हुण तेरी उम्र कमाई करन दी है, तू खोटे काम कर रहा है। मेरे तो बाद रोटी किवें खाएगा? तू एक दिन घर छड के फकीरां नाल रल जाएगा। ਇਸ ਤਰ੍ਹਾਂ ਬਾਬਾ ਕਾਲੂ ਜੀ ਬਹੁਤ ਕੌੜੇ ਬਚਨ ਬੋਲ ਕੇ ਘਰ ਨੂੰ ਆ ਗਏ। ਉਸ ਦਿਨ ਤੋਂ ਬਾਅਦ ਗੁਰੂ ਜੀ ਉਦਾਸ ਰਹਿਣ ਲੱਗ ਪਏ। ਕੋਈ ਕੋਈ ਮਨੁੱਖ ਗੁਰੂ ਜੀ ਨੂੰ ਸ਼ਕਤੀ ਵਾਲੇ ਆਖਦੇ ਸਨ। ਦਿਨ ਵੇਲੇ ਗੁਰੂ ਜੀ ਨਗਰ ਤੋਂ ਬਾਹਰ ਇੱਕ ਬ੍ਰਿਸ਼ ਦੀ ਛਾਵੇਂ ਬੈਠ ਜਾਂਦੇ। ਉੱਥੇ ਇਕੱਲੇ ਹੀ ਬਹੁਤ ਸਮਾਂ ਰਹਿੰਦੇ, ਕਿਸੇ ਦੇ ਨਾਲ ਬੋਲਦੇ ਨਹੀਂ। ਇੱਕ ਦਿਨ ਗੁਰੂ ਜੀ ਦੁਪਹਿਰੇ ਰੁੱਖ ਦੀ ਸੰਘਣੀ ਛਾਵੇਂ ਕੱਪੜਾ ਵਿਛਾ ਕੇ ਲੰਮੇ ਪਏ ਸਨ। ਜਦੋਂ ਕੁਝ ਕੁ ਸਮਾਂ ਹੋਇਆ ਤਾਂ ਰਾਏ ਬੁਲਾਰ ਉਸੇ ਰਸਤੇ ਤੋਂ ਕਿਸੇ ਪਾਸਿਓਂ ਆ ਰਿਹਾ ਸੀ। ਉਹ ਇਹ ਕੌਤਕ ਵੇਖ ਕੇ ਹੈਰਾਨ ਹੋ ਗਿਆ ਅਤੇ ਚੁੱਪ ਕਰਕੇ ਖਲੋ ਗਿਆ। ਸਾਥੀਆਂ ਨੂੰ ਕਿਹਾ, ਤੁਸੀਂ ਸਾਰੇ ਅਸਚਰਜ ਕੌਤਕ ਵੇਖੋ, ਸਾਰੇ ਰੁੱਖਾਂ ਦਾ ਪਰਛਾਵਾਂ ਫਿਰ ਗਿਆ ਹੈ। ਜਿੱਥੇ ਕਾਲੂ ਦੇ ਪੁੱਤਰ ਸੁੱਤੇ ਹਨ ਉਸ ਦਾ ਪਰਛਾਵਾਂ ਨਹੀਂ ਢਲਿਆ। ਇਹਨਾਂ ਦੇ ਅੰਦਰ ਬਹੁਤ ਕਰਾਮਾਤ ਹੈ, ਇਹ ਅਵਤਾਰ ਹਨ ਜੋ ਇਹਨਾਂ ਦੀ ਸੇਵਾ ਕਰਨਗੇ। ਉਹਨਾਂ ਦਾ ਜਨਮ ਮਰਨ ਦਾ ਚੱਕਰ ਕੱਟਿਆ ਜਾਵੇਗਾ। ਇਹ ਅਸਚਰਜ ਕੌਤਕ ਮੈਂ ਦੂਜੀ ਵਾਰ ਵੇਖਿਆ ਹੈ। ਇਸ ਤਰ੍ਹਾਂ ਆਖ ਕੇ ਦੋਵੇਂ ਹੱਥ ਜੋੜ ਕੇ ਤੇ ਮੱਥਾ ਟੇਕਿਆ ਅਤੇ ਨਗਰ ਨੂੰ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਲਈ ਪ੍ਰਸ਼ਨ। ਪਹਿਲਾ ਪ੍ਰਸ਼ਨ, ਬਾਬਾ ਕਾਲੂ ਜੀ ਨੇ ਗੁਰੂ ਜੀ ਨੂੰ ਪਸ਼ੂ ਚਾਰਨ ਤੋਂ ਕਿਉਂ ਹਟਾਇਆ ਅਤੇ ਕੀ ਕਿਹਾ? ਦੂਜਾ ਪ੍ਰਸ਼ਨ, ਹਰੀ ਹੋਈ ਫਸਲ ਨੂੰ ਗੁਰੂ ਜੀ ਨੇ ਕੀ ਕੀਤਾ ਅਤੇ ਕਿਉਂ? ਤੀਸਰਾ ਪ੍ਰਸ਼ਨ, ਗੁਰੂ ਜੀ ਉਦਾਸ ਉਦਾਸ ਕਿਉਂ ਰਹਿਣ ਲੱਗ ਪਏ ਸਨ? ਚੌਥਾ ਪ੍ਰਸ਼ਨ, ਗੁਰੂ ਜੀ ਜਦੋਂ ਰੁੱਖ ਦੀ ਛਾਵੇਂ ਸੁੱਤੇ ਸਨ ਤਾਂ ਰਾਏ ਬੁਲਾਰ ਜੀ ਨੇ ਕੀ ਕੌਤਕ ਦੇਖਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਨੇ ਸੱਚਾ ਸੌਦਾ ਕਰਨਾ, ਪਾਠ ਪੰਜਵਾਂ। ਜਦੋਂ ਗੁਰੂ ਜੀ 15-16 ਵਰਿਆਂ ਦੇ ਹੋ ਗਏ ਤਾਂ ਬਾਬਾ ਕਾਲੂ ਜੀ ਨੇ ਸਤਿਗੁਰੂ ਜੀ ਨੂੰ ਧਨ ਕਮਾਉਣ ਵਾਸਤੇ ਸਿੱਖਿਆ ਦਿੱਤੀ ਕਿ ਤੂੰ ਸਾਡਾ ਇੱਕੋ ਹੀ ਇੱਕ ਪੁੱਤਰ ਹੈ, ਘਰ ਦਾ ਕੰਮ ਧਨ ਕਮਾਉਣ ਤੋਂ ਬਗੈਰ ਨਹੀਂ ਚੱਲਦਾ। ਗੁਰੂ ਜੀ ਨੇ ਕਿਹਾ, ਪਿਤਾ ਜੀ ਮੈਂ ਪਿਛਲੇ ਗੁਨਾਹ ਮੁਆਫ ਕਰ ਦਿਓ, ਜਿਵੇਂ ਆਪ ਜੀ ਆਖੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਬਾਬਾ ਕਾਲੂ ਜੀ ਨੇ ਉਹਨਾਂ ਨੂੰ ਵਿਹਾਰ ਵਪਾਰ ਵਿੱਚ ਲਾਉਣ ਦੀ ਸੋਚ ਕੇ ਕਿਹਾ, ਪੁੱਤਰ ਜੀ 20 ਰੁਪਈਏ ਲੈ ਕੇ ਜਾਓ ਤੇ ਕੋਈ ਨਫੇ ਬੰਦਾ ਖਰਾ ਸੌਦਾ ਕਰਕੇ ਲਿਆਓ। ਬਾਬਾ ਜੀ ਦਾ ਮਤਲਬ ਸੀ ਕਿ ਗੁਰੂ ਜੀ ਕਿਸੇ ਦੂਸਰੇ ਨਗਰ ਤੋਂ ਕੁਝ ਵਸਤੂ ਖਰੀਦ ਲੈਣਗੇ, ਫਿਰ ਉਸ ਨੂੰ ਹੋਰ ਥਾਂ ਜਾ ਕੇ ਮਹਿੰਗੇ ਭਾਅ ਵਿੱਚ ਦੇਣਗੇ। ਇਸ ਤਰ੍ਹਾਂ ਉਹ ਕਈ ਵੇਰ ਕਰਕੇ ਇਸ ਮਾਇਆ ਨੂੰ ਵਧਾ ਕੇ ਬਹੁਤ ਸਾਰੀ ਕਰ ਲੈਣਗੇ। ਬਾਬਾ ਕਾਲੂ ਜੀ ਨੇ ਭਾਈ ਬਾਲੇ ਨੂੰ ਸੱਦ ਕੇ ਕਿਹਾ, ਹੇ ਬਾਲੇ, ਤੂੰ ਨਾਨਕ ਨਾਲ ਜਾ ਕੇ ਜੋ ਲਾਭਦਾਇਕ ਵਸਤੂ ਹੋਵੇ ਉਸਨੂੰ ਖਰੀਦ ਲਿਆਓ। ਇਸ ਤਰ੍ਹਾਂ ਆਖ ਕੇ ਬਾਬਾ ਕਾਲੂ ਜੀ ਨੇ ਭਾਈ ਬਾਲੇ ਨੂੰ 20 ਰੁਪਈਏ ਫੜਾ ਦਿੱਤੇ। ਪਿਤਾ ਜੀ ਦਾ ਹੁਕਮ ਮੰਨ ਕੇ ਗੁਰੂ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਤੁਰ ਪਏ। 15 ਕਿਲੋਮੀਟਰ ਦਾ ਪੈਂਡਾ ਕਰਨ ਮਗਰੋਂ ਚੂਹੜ ਕਾਣੇ ਦੇ ਲਾਗੇ ਇੱਕ ਜੰਗਲ ਆਇਆ। ਉਸੇ ਜੰਗਲ ਵਿੱਚ ਗੁਰੂ ਜੀ ਨੇ ਸਾਧੂਆਂ ਦਾ ਇੱਕ ਡੇਰਾ ਵੇਖਿਆ, ਜਿਸ ਵਿੱਚ ਬਹੁਤ ਸਾਰੇ ਸਾਧੂ ਮੁਕਤੀ ਵਾਸਤੇ ਕਠਿਨ ਤਪ ਕਰ ਰਹੇ ਸਨ। ਇਹਨਾਂ ਸਾਰਿਆਂ ਦਾ ਇੱਕ ਮਹੰਤ ਜੋ ਮ੍ਰਿਗਸ਼ਾਲਾ ਉੱਪਰ ਬੈਠ ਕੇ ਸਿਮਰਨ ਕਰ ਰਿਹਾ ਸੀ। ਉਸ ਨੂੰ ਵੇਖ ਕੇ ਗੁਰੂ ਜੀ ਖੜੇ ਹੋ ਗਏ
ਅਤੇ ਭਾਈ ਬਾਲੇ ਨੂੰ ਕਿਹਾ, ਮੈਂ ਇਸ ਜਗ੍ਹਾ ਬਹੁਤ ਲਾਭਦਾਇਕ ਵਪਾਰ ਜਾਣਿਆ ਹੈ। ਇਸ ਵਪਾਰ ਨੂੰ ਛੱਡਣ ਲਈ ਮੇਰਾ ਦਿਲ ਨਹੀਂ ਚਾਹੁੰਦਾ। ਪਿਤਾ ਜੀ ਦੀ ਆਗਿਆ ਵੀ ਚੰਗੇ ਵਪਾਰ ਕਰਨ ਦੀ ਹੈ, ਇਸ ਕਰਕੇ ਕੋਈ ਹੋਰ ਵਪਾਰ ਇਸ ਨਾਲੋਂ ਲਾਭਦਾਇਕ ਨਹੀਂ ਹੈ। ਇਹ ਮਾਇਆ ਸਾਧੂਆਂ ਨੂੰ ਫੜਾ ਦੇਈਏ, ਇਹ ਭੋਜਨ ਲੈ ਕੇ ਸੁੱਖ ਪਾਉਣਗੇ। ਗੁਰੂ ਜੀ ਤੋਂ ਇਸ ਤਰ੍ਹਾਂ ਸੁਣ ਕੇ ਭਾਈ ਬਾਲਾ ਜੀ ਨੇ ਕਿਹਾ, ਮੈਂ ਬਾਬਾ ਕਾਲੂ ਜੀ ਦੇ ਗੁੱਸੇ ਤੋਂ ਡਰਦਾ ਹਾਂ, ਇਸ ਗੱਲ ਨੂੰ ਤੁਸੀਂ ਪਿਤਾ ਅਤੇ ਪੁੱਤਰ ਹੀ ਨਿਬੇੜ ਲਿਓ। ਮੈਂ ਆਪ ਜੀ ਦਾ ਦਾਸ ਹਾਂ, ਆਪ ਨਾਲ ਝਗੜਾ ਕਿਉਂ ਕਰਾਂ? ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ ਉਵੇਂ ਹੀ ਕਰੋ। ਇਸ ਤਰ੍ਹਾਂ ਆਖ ਕੇ ਭਾਈ ਬਾਲੇ ਨੇ ਗੁਰੂ ਜੀ ਨੂੰ 20 ਰੁਪਈਏ ਫੜਾ ਦਿੱਤੇ। ਗੁਰੂ ਜੀ ਮਹੰਤ ਕੋਲ ਗਏ ਤੇ ਮੱਥਾ ਟੇਕ ਕੇ ਬੈਠ ਗਏ। ਮਹੰਤ ਜੀ ਨੂੰ ਪੁੱਛਣ ਲੱਗੇ, ਆਪ ਜੀ ਭੋਜਨ ਛਕਦੇ ਹੋ ਜਾਂ ਭੁੱਖੇ ਹੀ ਨਾਮ ਜਪਦੇ ਹੋ? ਮਹੰਤ ਜੀ ਆਖਣ ਲੱਗੇ, ਅਸੀਂ ਮੁਕਤੀ ਵਾਸਤੇ ਸਾਧਾਂ ਦਾ ਵੇਸ ਧਾਰਿਆ ਹੈ, ਭੋਜਨ ਦੀ ਸੁਣੋ, ਇੱਥੇ ਬੈਠੇ ਹੀ ਜੋ ਮਿਲ ਜਾਵੇ ਉਸੇ ਵਿੱਚ ਸੰਤੋਖ ਰੱਖੀਦਾ ਹੈ। ਸੰਤਾਂ ਦੀ ਗੱਲ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਮਹੰਤ ਜੀ ਨੂੰ ਆਖਣ ਲੱਗੇ, ਆਪ ਜੀ ਦਾ ਨਾਮ ਕੀ ਹੈ? ਮਹੰਤ ਜੀ ਨੇ ਕਿਹਾ, ਮੇਰਾ ਨਾਮ ਸੰਤ ਰੇਣ ਹੈ। ਮਹੰਤ ਜੀ ਦਾ ਨਾਮ ਸੁਣ ਕੇ ਗੁਰੂ ਜੀ ਖੁਸ਼ ਹੋਏ ਅਤੇ 20 ਰੁਪਈਏ ਮਹੰਤ ਜੀ ਅੱਗੇ ਰੱਖ ਕੇ ਆਖਿਆ, ਆਪ ਜੀ ਇਸ ਮਾਇਆ ਨਾਲ ਭੋਜਨ ਛਕੋ, ਮੈਂ ਤੁਹਾਡੀ ਸਾਰੀ ਗੱਲ ਜਾਣ ਲਈ ਹੈ। ਤੁਸੀਂ ਕਿਸੇ ਕੋਲੋਂ ਮੰਗਦੇ ਨਹੀਂ, ਆਪ ਜੀ ਨੂੰ ਬਿਨਾਂ ਮੰਗੇ ਜੋ ਪ੍ਰੇਮ ਨਾਲ ਜੋ ਦੇ ਦੇਵੇ ਉਸ ਨੂੰ ਹੀ ਛਕਦੇ ਹੋ। ਇਹ ਮਾਇਆ ਆਪ ਜੀ ਨੂੰ ਪਰਮੇਸ਼ਰ ਨੇ ਭੇਜੀ ਹੈ, ਆਪ ਜੀ ਖੁਸ਼ੀ ਖੁਸ਼ੀ ਇਸ ਮਾਇਆ ਨਾਲ ਭੋਜਨ ਛਕੋ। ਗੁਰੂ ਜੀ ਨੂੰ ਮਹੰਤ ਜੀ ਆਖਣ ਲੱਗੇ, ਤੁਹਾਡੀ ਛੋਟੀ ਉਮਰ ਹੈ, ਤੁਹਾਡੇ ਸਾਰੇ ਕਾਰਜ ਤੁਹਾਡੇ ਪਿਤਾ ਦੇ ਅਧੀਨ ਹਨ, ਤੁਹਾਨੂੰ ਕਿਸੇ ਕੰਮ ਵਾਸਤੇ ਭੇਜਿਆ ਹੋਵੇਗਾ। ਤੁਸੀਂ ਘਰ ਨੂੰ ਖਾਲੀ ਜਾਵੋਗੇ ਤਾਂ ਤੁਹਾਡੇ ਪਿਤਾ ਜੀ ਤੁਹਾਨੂੰ ਘਰੋਂ ਕੱਢ ਦੇਣਗੇ। ਗੁਰੂ ਜੀ ਨੇ ਕਿਹਾ, ਸੰਤ ਜੀ ਸੁਣੋ, ਪਿਤਾ ਜੀ ਦੀ ਵੀ ਉਹ ਆਗਿਆ ਹੈ ਕਿ ਉਹ ਵਪਾਰ ਕਰੋ ਜਿਸ ਵਿੱਚ ਬਹੁਤਾ ਲਾਭ ਹੋਵੇ, ਇਸ ਕਰਕੇ ਹੋਰ ਵਪਾਰ ਠੀਕ ਨਹੀਂ, ਇਹੋ ਵਪਾਰ ਠੀਕ ਹੈ। ਮਹੰਤ ਜੀ ਨੇ ਗੁਰੂ ਜੀ ਦੀ ਬੇਨਤੀ ਸੁਣ ਕੇ ਕਿਹਾ, ਜੇ ਤੁਹਾਡੇ ਮਨ ਵਿੱਚ ਇਸੇ ਤਰ੍ਹਾਂ ਹੈ ਤਾਂ ਇਹ ਮਾਇਆ ਲੈ ਕੇ ਭੋਜਨ ਦੀ ਰਸਦ ਲੈ ਆਓ। ਸੰਤ ਜੀ ਤੋਂ ਇਹ ਸੁਣ ਕੇ ਗੁਰੂ ਜੀ ਸ਼ਹਿਰੋਂ ਭੋਜਨ ਦੀ ਰਸਦ ਲੈ ਆਏ। ਸਾਰੀ ਰਸਦ ਮਹੰਤ ਜੀ ਅੱਗੇ ਰੱਖ ਕੇ ਬੈਠ ਗਏ। ਗੁਰੂ ਜੀ ਨੇ ਮਹੰਤ ਜੀ ਨੂੰ ਕਿਹਾ, ਆਪ ਜੀ ਆਗਿਆ ਕਰੋ ਤਾਂ ਲੰਗਰ ਤਿਆਰ ਕਰ ਦੇਈਏ, ਸਾਰੇ ਸੰਤ ਪ੍ਰੇਮ ਨਾਲ ਭੋਜਨ ਛਕ ਲੈਣਗੇ। ਇਹ ਸੁਣ ਕੇ ਮਹੰਤ ਜੀ ਨੇ ਗੁਰੂ ਜੀ ਨੂੰ ਕਿਹਾ, ਸੰਤ ਆਪੇ ਹੀ ਭੋਜਨ ਬਣਾ ਕੇ ਛਕ ਲੈਣਗੇ, ਤੁਸੀਂ ਆਪਣੇ ਨਗਰ ਨੂੰ ਵਾਪਸ ਚਲੇ ਜਾਓ। ਇਹ ਸੁਣ ਕੇ ਗੁਰੂ ਜੀ ਅਤੇ ਭਾਈ ਬਾਲਾ ਜੀ ਵਾਪਸ ਤਲਵੰਡੀ ਨੂੰ ਆ ਗਏ, ਜਿੱਥੇ ਗੁਰੂ ਜੀ ਨੇ ਸੱਚਾ ਸੌਦਾ ਕੀਤਾ ਸੀ। ਉੱਥੇ ਹੁਣ ਗੁਰਦੁਆਰਾ ਸੱਚਾ ਸੌਦਾ ਸੁਸ਼ੋਭਿਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਲਈ ਪ੍ਰਸ਼ਨ, ਪਹਿਲਾ ਪ੍ਰਸ਼ਨ, ਬਾਬਾ ਕਾਲੂ ਜੀ ਨੇ ਗੁਰੂ ਜੀ ਨੂੰ 20 ਰੁਪਈਏ ਕੀ ਕਰਨ ਨੂੰ ਦਿੱਤੇ ਸਨ? ਦੂਸਰਾ ਪ੍ਰਸ਼ਨ, ਗੁਰੂ ਜੀ ਕਿਸ ਨਾਲ ਸੱਚਾ ਸੌਦਾ ਕਰਨ ਗਏ ਸਨ? ਤੀਸਰਾ ਪ੍ਰਸ਼ਨ, ਗੁਰੂ ਜੀ ਨੇ ਕਿਸ ਤਰ੍ਹਾਂ ਦਾ ਸੱਚਾ ਸੌਦਾ ਕੀਤਾ? ਚੌਥਾ ਪ੍ਰਸ਼ਨ, ਸਾਧੂਆਂ ਤੇ ਮਹੰਤ ਜੀ ਨੇ ਗੁਰੂ ਜੀ ਨੂੰ ਕੀ ਕਿਹਾ ਸੀ? ਪੰਜਵਾਂ ਪ੍ਰਸ਼ਨ, ਗੁਰੂ ਜੀ ਨੇ ਮਹੰਤ ਜੀ ਨੂੰ ਕੀ ਜਵਾਬ ਦਿੱਤਾ? ਸਾਰੇ ਇਹਨਾਂ ਪ੍ਰਸ਼ਨਾਂ ਦੇ ਜਵਾਬ ਦਿਓ। ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਸੱਚਾ ਸੌਦਾ ਕਰਕੇ ਮੁੜੇ। ਪਾਠ ਛੇਵਾਂ, ਗੁਰੂ ਜੀ ਸੱਚਾ ਸੌਦਾ ਕਰਕੇ ਜਦੋਂ ਭਾਈ ਬਾਲੇ ਦੇ ਨਾਲ ਘਰ ਮੁੜੇ, ਜਦੋਂ ਤਲਵੰਡੀ ਲਾਗੇ ਪੁੱਜੇ ਤਾਂ ਉਹਨਾਂ ਨੂੰ ਖਿਆਲ ਆਇਆ ਕਿ ਪਿਤਾ ਜੀ ਨੇ ਮੇਰੇ ਕੀਤੇ ਸੌਦੇ ਨੂੰ ਖਰਾ ਨਹੀਂ ਸਮਝਣਾ।
ਉਹ ਕਹਿਣਗੇ ਰਕਮ ਰੋੜ ਦਿੱਤੀ ਹੈ। ਉਹ ਜ਼ਰੂਰ ਗੁੱਸੇ ਹੋਣਗੇ। ਪਿੰਡੋਂ ਬਾਹਰ ਇੱਕ ਰੁੱਖ ਸੀ, ਉਸਦੇ ਡਾਹਣ ਝੁੱਕ ਕੇ ਭੁੰਜੇ ਲੱਗੇ ਹੋਏ ਸਨ। ਇਸ ਤਰ੍ਹਾਂ ਉਹ ਤੰਬੂ ਜਿਹਾ ਬਣ ਜਾਂਦਾ ਸੀ। ਗੁਰੂ ਜੀ ਉਸਦੇ ਹੇਠ ਬਹਿ ਗਏ। ਭਾਈ ਬਾਲਾ ਘਰ ਨੂੰ ਚਲਿਆ ਗਿਆ। ਜਦੋਂ ਬਾਬਾ ਕਾਲੂ ਜੀ ਨੂੰ ਪਤਾ ਲੱਗਾ ਕਿ ਬਾਬਾ ਇਕੱਲਾ ਹੀ ਆ ਗਿਆ ਹੈ, ਬਾਲਾ ਜੀ ਇਕੱਲੇ ਹੀ ਆ ਗਏ ਹਨ, ਤਾਂ ਬਾਬਾ ਕਾਲੂ ਜੀ ਨੇ ਉਸੇ ਵੇਲੇ ਆਪਣੇ ਨੌਕਰ ਨੂੰ ਭੇਜ ਕੇ ਭਾਈ ਬਾਲੇ ਨੂੰ ਬੁਲਾਇਆ। ਭਾਈ ਬਾਲੇ ਨੇ ਸਾਰੀ ਗੱਲ ਬਾਬਾ ਕਾਲੂ ਜੀ ਨੂੰ ਦੱਸ ਦਿੱਤੀ। ਇਸ ਤਰ੍ਹਾਂ ਸੁਣ ਕੇ ਬਾਬਾ ਕਾਲੂ ਜੀ ਬਹੁਤ ਗੁੱਸੇ ਹੋਏ। ਉਹਨਾਂ ਨੇ ਜਾ ਕੇ ਗੁਰੂ ਜੀ ਨੂੰ ਰੁੱਖ ਹੇਠਾਂ ਬੈਠੇ ਵੇਖਿਆ ਅਤੇ ਲੱਗ ਪਏ ਚਪੇੜਾਂ ਮਾਰਨ। ਮਗਰੇ ਮਾਤਾ ਤ੍ਰਿਪਤਾ ਜੀ ਨੇ ਬੇਬੇ ਨਾਨਕੀ ਜੀ ਨੂੰ ਘੱਲ ਦਿੱਤਾ। ਨਾਲ ਹੀ ਨਗਰ ਦੇ ਬਹੁਤ ਸਾਰੇ ਲੋਕ ਚਲੇ ਗਏ। ਜਦੋਂ ਬਾਬਾ ਕਾਲੂ ਜੀ ਗੁਰੂ ਜੀ ਨੂੰ ਚਪੇੜਾਂ ਮਾਰ ਰਹੇ ਸਨ, ਤਾਂ ਇਸ ਮਾਰ ਤੋਂ ਗੁਰੂ ਜੀ ਨੂੰ ਬੇਬੇ ਨਾਨਕੀ ਜੀ ਨੇ ਛੁਡਾਇਆ। ਜਿਹੜੇ ਬਹੁਤੇ ਲੋਕ ਨਾਲ ਗਏ ਸਨ, ਉਹਨਾਂ ਨੇ ਵੀ ਬਾਬਾ ਕਾਲੂ ਜੀ ਨੂੰ ਰੋਕਿਆ ਤੇ ਸਮਝਾਇਆ। ਸਾਰੇ ਹੀ ਗੁਰੂ ਜੀ ਨੂੰ ਨਾਲ ਲੈ ਕੇ ਆ ਗਏ। ਮਾਤਾ ਜੀ ਨੇ ਗੁਰੂ ਜੀ ਨੂੰ ਛਾਤੀ ਨਾਲ ਲਾਇਆ ਅਤੇ ਕਿਹਾ, ਹੇ ਪੁੱਤਰ, ਹੁਣ ਤੂੰ ਕੋਈ ਕੰਮ ਨਾ ਕਰਿਆ ਕਰ। ਜੇ ਤੂੰ ਕੋਈ ਕੰਮ ਨਾ ਕਰੇਗਾ ਤਾਂ ਝਗੜਾ ਨਾ ਹੋਵੇਗਾ। ਘਰ ਵਿੱਚ ਪਰਮੇਸ਼ਰ ਨੇ ਸਭ ਕੁਛ ਦਿੱਤਾ ਹੈ। ਜਿਹੜੇ ਮਨੁੱਖ ਵੇਖਣ ਗਏ ਸਨ, ਉਹਨਾਂ ਵਿੱਚੋਂ ਕਿਸੇ ਨੇ ਜਾ ਕੇ ਰਾਏ ਬੁਲਾਰ ਨੂੰ ਸਾਰੀ ਗੱਲ ਦੱਸ ਦਿੱਤੀ। ਜਦੋਂ ਰਾਏ ਬੁਲਾਰ ਨੇ ਇਸ ਤਰ੍ਹਾਂ ਸੁਣਿਆ, ਤਾਂ ਆਪਣੇ ਇੱਕ ਨੌਕਰ ਨੂੰ ਭੇਜ ਕੇ ਗੁਰੂ ਜੀ ਅਤੇ ਬਾਬਾ ਕਾਲੂ ਜੀ ਨੂੰ ਸੱਦਿਆ। ਜਦੋਂ ਗੁਰੂ ਜੀ ਆਏ ਤਾਂ ਰਾਏ ਬੁਲਾਰ ਨੇ ਛੇਤੀ ਪਲੰਘ ਤੋਂ ਉੱਠ ਕੇ ਸਤਿਕਾਰ ਨਾਲ ਗੁਰੂ ਜੀ ਨੂੰ ਆਪਣੇ ਕੋਲ ਬਿਠਾਇਆ। ਰਾਏ ਬੁਲਾਰ ਬਾਬਾ ਕਾਲੂ ਜੀ ਨੂੰ ਆਖਣ ਲੱਗਾ, ਹੇ ਕਾਲੂ, ਤੂੰ ਲੜਾਕਾ ਤੇ ਕਠੋਰ ਚਿੱਤ ਵਾਲਾ ਹੈ। ਤੇਰੇ ਮਨ ਵਿੱਚ ਧਨ ਕਮਾਉਣ ਦੀ ਪ੍ਰੀਤੀ ਲੱਗੀ ਰਹਿੰਦੀ ਹੈ। ਮੇਰਾ ਤੂੰ ਇੱਕ ਵੀ ਬਚਨ ਨਹੀਂ ਮੰਨਿਆ। ਤੂੰ ਆਪਣੇ ਸੁਸ਼ੀਲ ਸੁਭਾਅ ਵਾਲੇ ਪੁੱਤਰ ਦੀ ਸ਼ੋਭਾ ਨਹੀਂ ਜਾਣੀ। ਬਾਬਾ ਕਾਲੂ ਜੀ ਨੇ ਕਿਹਾ, ਆਪ ਜੀ ਨੇ ਮੈਨੂੰ ਹੀ ਗੁੱਸੇ ਹੁੰਦੇ ਹੋ। ਤੁਸੀਂ ਆਪਣੇ ਮਨ ਵਿੱਚ ਵਿਚਾਰੋ ਤਾਂ ਸਹੀ, ਕਿਸ ਦਾ ਦੋਸ਼ ਹੈ? ਘਰੋਂ ਤਾਂ ਮਾਇਆ ਵਪਾਰ ਵਾਸਤੇ ਦਿੱਤੀ ਸੀ, ਇਹ ਸਾਰੀ ਫਕੀਰਾਂ ਨੂੰ ਦੇ ਆਇਆ ਹੈ ਤੇ ਫਿਰ ਨਗਰ ਤੋਂ ਬਾਹਰ ਲੁਕ ਕੇ ਬੈਠ ਗਿਆ। ਮੈਨੂੰ ਘਰ ਆ ਕੇ ਕੁਝ ਵੀ ਨਹੀਂ ਦੱਸਿਆ। ਬਾਲੇ ਨੇ ਸਾਰੀ ਗੱਲ ਦੱਸੀ ਹੈ। ਰਾਏ ਬੁਲਾਰ ਨੇ ਕਿਹਾ, ਤੇਰਾ ਹਿਰਦਾ ਪੱਥਰ ਦੀ ਨਿਆਈ ਹੈ। ਤੂੰ ਆਪਣੇ ਪੁੱਤਰ ਦੀ ਕਰਾਮਾਤ ਨਹੀਂ ਜਾਣਦਾ। ਉਦੋਂ ਰਾਏ ਬੁਲਾਰ ਨੇ ਘਰੋਂ 20 ਰੁਪਈਏ ਮੰਗਵਾ ਕੇ ਬਾਬਾ ਕਾਲੂ ਜੀ ਨੂੰ ਦੇ ਦਿੱਤੇ। ਤਾਂ ਬਾਬਾ ਕਾਲੂ ਜੀ ਨੇ ਕਿਹਾ, ਹੇ ਰਾਜਨ, ਮੈਂ 20 ਰੁਪਈਏ ਨੂੰ ਹੀ ਨਹੀਂ ਝੂਰਦਾ, ਇਹ ਸਦਾ ਹੀ ਖੋਟੇ ਕੰਮ ਕਰਦਾ ਹੈ। ਮੈਨੂੰ ਇਹੋ ਫਿਕਰ ਹੈ ਕਿ ਮੇਰੇ ਪਿੱਛੋਂ ਇਹ ਕੀ ਕਰੇਗਾ। ਤੁਸੀਂ ਜੋ ਮੈਨੂੰ ਮਾਇਆ ਦੇ ਰਹੇ ਹੋ, ਅੱਗੇ ਵੀ ਮੈਨੂੰ ਸਾਰੇ ਸੁੱਖ ਤੁਸੀਂ ਹੀ ਦਿੱਤੇ ਹਨ। ਤੁਹਾਡੀ ਕਿਰਪਾ ਨਾਲ ਹੀ ਮੇਰੇ ਘਰ ਵਿੱਚ ਸਭ ਕੁਛ ਹੈ। ਰਾਏ ਬੁਲਾਰ 20 ਰੁਪਏ ਦਿੰਦਾ ਹੈ, ਪਰ ਬਾਬਾ ਕਾਲੂ ਜੀ ਲੈਂਦੇ ਨਹੀਂ। ਰਾਜੇ ਦੇ ਵਜ਼ੀਰ ਨੇ ਕਿਹਾ, ਵੱਡਿਆਂ ਦਾ ਹੁਕਮ ਨਹੀਂ ਮੋੜੀਦਾ। ਜੋ ਮਾਇਆ ਰਾਜਾ ਜੀ ਦੇ ਰਹੇ ਹਨ ਤੁਸੀਂ ਲੈ ਲਓ। ਅੱਗੇ ਵਾਸਤੇ ਆਪਣੇ ਪੁੱਤਰ ਨੂੰ ਕਦੀ ਵੀ ਨਾ ਝਿੜਕਿਓ। ਬਹੁਤ ਵਾਰੀ ਆਖ ਕੇ ਰਾਏ ਬੁਲਾਰ ਨੇ ਬਾਬਾ ਕਾਲੂ ਜੀ ਨੂੰ 20 ਰੁਪਈਏ ਦੇ ਦਿੱਤੇ। ਬਾਬਾ ਕਾਲੂ ਜੀ ਰੁਪਏ ਲੈ ਕੇ ਘਰ ਨੂੰ ਆ ਗਏ ਤੇ ਸ਼ਰਮਸ਼ਾਰ ਹੋ ਕੇ ਘਰ ਵਿੱਚ ਬੈਠ ਗਏ। ਤਲਵੰਡੀ ਦੇ ਸਾਰੇ ਮਨੁੱਖ ਤੇ ਇਸਤਰੀਆਂ ਨੇ ਬਾਬਾ ਕਾਲੂ ਜੀ ਨੂੰ ਬੁਰਾ ਆਖ ਕੇ ਨਿੰਦਿਆ। ਨਗਰ ਵਿੱਚ ਆਪਣੀ ਨਿੰਦਾ ਸੁਣ ਕੇ ਬਾਬਾ ਕਾਲੂ ਜੀ ਦੇ ਮੂੰਹੋਂ ਕੋਈ ਗੱਲ ਨਹੀਂ ਆਈ ਤੇ ਝੂਰਨ ਲੱਗ ਪਏ। ਬਾਬਾ ਕਾਲੂ ਜੀ 20 ਰੁਪਈਏ ਰਾਏ ਬੁਲਾਰ ਅੱਗੇ ਲੈ ਗਏ ਤੇ ਇਸ ਤਰ੍ਹਾਂ ਆਖਿਆ, ਹੇ ਰਾਜਨ, ਆਪਣੀ ਮਾਇਆ ਲੈ ਲਓ। ਮੈਨੂੰ ਨਗਰ ਦੇ ਬਹੁਤ ਲੋਕੀ ਨਿੰਦਦੇ ਹਨ, ਮੈਥੋਂ ਆਪਣੀ ਨਿੰਦਾ ਸੁਣੀ ਨਹੀਂ ਜਾਂਦੀ।
ਰਾਜੇ ਨੇ ਕਿਹਾ ਆਪਣੇ ਮਨ ਵਿੱਚੋਂ ਗੁੱਸਾ ਦੂਰ ਕਰ ਦਿਓ। ਰਾਜ ਬੁਲਾਰ ਨੇ ਕਿਹਾ ਮੈਂ ਇਹਨਾਂ ਕੋਲੋਂ ਉਧਾਰ ਲੈ ਕੇ ਤੈਨੂੰ ਦਿੱਤੇ ਹਨ, ਤੂੰ ਆਪਣੇ ਘਰ ਲੈ ਜਾ, ਮੁੜ ਕੇ ਇਹਨਾਂ ਨੂੰ ਗੁੱਸੇ ਨਾ ਹੋਈ। ਬਾਬਾ ਕਾਲੂ ਜੀ ਕਹਿਣ ਲੱਗੇ ਇਸਨੇ ਕਦੀ ਵੀ ਇੱਕ ਪੈਸਾ ਕਮਾ ਕੇ ਨਹੀਂ ਦਿੱਤਾ, ਆਪ ਜੀ ਨੂੰ ਕਿੱਥੋਂ ਉਧਾਰ ਦਿੱਤੇ ਹਨ, ਜੇ ਇਹ ਧਨ ਕਮਾਉਂਦੇ ਤਾਂ ਰੌਲਾ ਕਿਉਂ ਪੈਂਦਾ। ਰਾਜ ਬੁਲਾਰ ਨੇ ਕਿਹਾ ਹੇ ਕਾਲੂ, ਤੂੰ ਜਿਤਨੀ ਮਾਇਆ ਵੇਖਦਾ ਹੈ ਸਾਰੀ ਹੀ ਇਹਨਾਂ ਦੇ ਹੁਕਮ ਵਿੱਚ ਹੈ। ਇਸ ਤਰ੍ਹਾਂ ਰਾਜ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਸਮਝਾਇਆ ਤੇ ਬਾਬਾ ਕਾਲੂ ਜੀ ਘਰ ਨੂੰ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਲਈ ਪ੍ਰਸ਼ਨ, ਗੁਰੂ ਜੀ ਖਰਾ ਸੌਦਾ ਕਰਕੇ ਘਰ ਨੂੰ ਕਿਉਂ ਨਹੀਂ ਆਏ? ਦੂਸਰਾ ਪ੍ਰਸ਼ਨ, ਜਦੋਂ ਬਾਬਾ ਕਾਲੂ ਜੀ ਗੁਰੂ ਜੀ ਦੇ ਚਪੇੜਾਂ ਮਾਰ ਰਹੇ ਸਨ ਤਾਂ ਕਿਸਨੇ ਛਡਾਇਆ? ਤੀਸਰਾ ਪ੍ਰਸ਼ਨ, ਬਾਬਾ ਕਾਲੂ ਜੀ ਜਦੋਂ ਰਾਏ ਬੁਲਾਰ ਨੂੰ 20 ਰੁਪਏ ਮੋੜਨ ਲੱਗੇ ਤਾਂ ਰਾਏ ਬੁਲਾਰ ਨੇ ਕੀ ਕਿਹਾ? ਚੌਥਾ ਪ੍ਰਸ਼ਨ, ਰਾਏ ਬੁਲਾਰ ਨੇ ਬਾਬਾ ਕਾਲੂ ਜੀ ਨੂੰ 20 ਰੁਪਏ ਕਿੱਥੋਂ ਉਧਾਰ ਲਏ ਦੱਸਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਨੇ ਸੁਲਤਾਨਪੁਰ ਜਾਣਾ। ਪਾਠ ਸੱਤਵਾਂ, ਬੇਬੇ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਜ਼ਿਲ੍ਹਾ ਕਪੂਰਥਲਾ ਵਿੱਚ ਪਰਮਾਨੰਦ ਜੀ ਦੇ ਪੁੱਤਰ ਜੈ ਰਾਮ ਜੀ ਨਾਲ ਹੋਈ ਸੀ। ਜੈ ਰਾਮ ਜੀ ਸੁਲਤਾਨਪੁਰ ਤੋਂ ਆਪਣੇ ਸਹੁਰੇ ਘਰ ਤਲਵੰਡੀ ਬਾਬਾ ਕਲਿਆਣ ਚੰਦ ਜੀ ਪਾਸ ਬੇਬੇ ਨਾਨਕੀ ਜੀ ਨੂੰ ਲੈਣ ਵਾਸਤੇ ਆਏ। ਜਦੋਂ ਰਾਏ ਬੁਲਾਰ ਜੀ ਨੂੰ ਜੈ ਰਾਮ ਜੀ ਬਾਰੇ ਆਉਣ ਦਾ ਪਤਾ ਲੱਗਾ ਉਦੋਂ ਹੀ ਰਾਏ ਬੁਲਾਰ ਨੇ ਆਪਣੇ ਇੱਕ ਨੌਕਰ ਨੂੰ ਭੇਜ ਕੇ ਜੈ ਰਾਮ ਜੀ ਨੂੰ ਸੱਦਿਆ। ਰਾਏ ਬੁਲਾਰ ਨੇ ਗੁਰੂ ਜੀ ਬਾਰੇ ਜੈ ਰਾਮ ਜੀ ਨੂੰ ਇਸ ਤਰ੍ਹਾਂ ਦੱਸਿਆ, ਇਹ ਪਰਮੇਸ਼ਰ ਦਾ ਅਵਤਾਰ ਹਨ, ਇਹਨਾਂ ਵਿੱਚ ਬਹੁਤ ਕਰਾਮਾਤ ਹੈ। ਕਾਲੂ ਜੀ ਇਸ ਗੱਲ ਨੂੰ ਨਹੀਂ ਜਾਣਦੇ, ਉਹ ਇਹਨਾਂ ਨਾਲ ਝਗੜਦੇ ਰਹਿੰਦੇ ਹਨ। ਜਦੋਂ ਤੁਸੀਂ ਆਪਣੇ ਘਰ ਨੂੰ ਜਾਓਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਤੁਹਾਡੇ ਪਾਸ ਭੇਜ ਦਿਆਂਗਾ, ਤੁਸੀਂ ਇਹਨਾਂ ਦੀ ਸੇਵਾ ਕਰਕੇ ਖੁਸ਼ੀ ਲਵੋ। ਇਸ ਤਰ੍ਹਾਂ ਸੁਣ ਕੇ ਜੈ ਰਾਮ ਜੀ ਬਹੁਤ ਖੁਸ਼ ਹੋਏ, ਆਖਣ ਲੱਗੇ ਇਹ ਜਦੋਂ ਸਾਡੇ ਘਰ ਆਉਣਗੇ ਉਦੋਂ ਸਾਨੂੰ ਉਤਾਰ ਦੇਣਗੇ। ਇਸ ਤਰ੍ਹਾਂ ਆਖ ਕੇ ਰਾਏ ਬੁਲਾਰ ਨੂੰ ਨਮਸਕਾਰ ਕਰਕੇ ਵਿਦਾ ਹੋ ਕੇ ਆਪਣੇ ਸਹੁਰੇ ਘਰ ਕੁਝ ਕੁ ਦਿਨ ਰਹਿ ਕੇ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਨਾਲ ਲੈ ਕੇ ਸੁਲਤਾਨਪੁਰ ਵਾਪਸ ਆ ਗਏ। ਇਸ ਤਰ੍ਹਾਂ ਕੁਝ ਕੁ ਸਮਾਂ ਬੀਤ ਗਿਆ। ਰਾਏ ਬੁਲਾਰ ਬਾਬਾ ਕਾਲੂ ਜੀ ਦਾ ਕਠੋਰ ਸੁਭਾਅ ਵੇਖ ਕੇ ਦੁਖੀ ਸੀ। ਆਪਣੇ ਇੱਕ ਨੌਕਰ ਨੂੰ ਭੇਜ ਕੇ ਗੁਰੂ ਜੀ ਨੂੰ ਸੱਦਿਆ ਅਤੇ ਕਿਹਾ ਕਿ ਆਪ ਜੀ ਬੇਬੇ ਨਾਨਕੀ ਜੀ ਕੋਲ ਚਲੇ ਜਾਓ, ਮੈਂ ਜੈ ਰਾਮ ਜੀ ਨੂੰ ਚਿੱਠੀ ਲਿਖ ਦਿੰਦਾ ਹਾਂ, ਆਪ ਜੀ ਉੱਥੇ ਚਲੇ ਜਾਓਗੇ ਤਾਂ ਮੇਰੇ ਚਿੱਤ ਵਿੱਚ ਸ਼ਾਂਤੀ ਆ ਜਾਵੇਗੀ। ਇੱਥੇ ਆਪ ਜੀ ਨਾਲ ਕਾਲੂ ਨਿੱਤ ਲੜਦਾ ਰਹਿੰਦਾ ਹੈ। ਇਸ ਤਰ੍ਹਾਂ ਆਖ ਕੇ ਰਾਏ ਬੁਲਾਰ ਨੇ ਸੁਲਤਾਨਪੁਰ ਜੈ ਰਾਮ ਪਾਸ ਚਿੱਠੀ ਲਿਖੀ। ਗੁਰੂ ਜੀ ਨੇ ਘਰ ਜਾ ਕੇ ਮਾਤਾ ਜੀ ਤੋਂ ਸੁਲਤਾਨਪੁਰ ਜਾਣ ਦੀ ਵਿਦਾਇਗੀ ਲਈ ਤੇ ਮਾਤਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਫਿਰ ਗੁਰੂ ਜੀ ਨੇ ਪਿਤਾ ਜੀ ਨੂੰ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਜਿਹੜੇ ਬਚਪਨ ਦੇ ਸਾਥੀ ਸਨ ਉਹਨਾਂ ਨੂੰ ਵੀ ਗੁਰੂ ਜੀ ਬੜੇ ਪ੍ਰੇਮ ਨਾਲ ਮਿਲੇ। ਭਾਈ ਬਾਲਾ ਜੀ ਨੂੰ ਨਾਲ ਲੈ ਕੇ ਗੁਰੂ ਜੀ ਸੁਲਤਾਨਪੁਰ ਤੁਰ ਪਏ। ਗੁਰੂ ਜੀ ਸੁਲਤਾਨਪੁਰ ਪਹੁੰਚ ਕੇ ਜੈ ਰਾਮ ਜੀ ਦੇ ਘਰ ਗਏ ਅਤੇ ਜਦੋਂ ਭੈਣ ਬੇਬੇ ਨਾਨਕੀ ਜੀ ਨੇ ਆਪ ਜੀ ਨੂੰ ਵੇਖਿਆ ਤਾਂ ਛੇਤੀ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ। ਗੁਰੂ ਜੀ ਨੇ ਇਸ ਤਰ੍ਹਾਂ ਵੇਖ ਕੇ ਆਖਿਆ, ਭੈਣ ਜੀ ਤੁਹਾਨੂੰ ਇਸ ਤਰ੍ਹਾਂ ਕਰਨਾ ਯੋਗ ਨਹੀਂ, ਤੁਸੀਂ ਤਾਂ ਉਲਟੀ ਗੱਲ ਕਰ ਦਿੱਤੀ ਹੈ। ਭੈਣ ਨਾਨਕੀ ਜੀ ਨੇ ਆਖਿਆ, ਮੈਂ ਆਪ ਜੀ ਨੂੰ ਛੋਟਾ ਭਰਾ ਨਹੀਂ ਸਮਝਦੀ, ਮੈਂ ਤਾਂ ਆਪ ਜੀ ਨੂੰ ਪਰਮੇਸ਼ਰ ਦਾ ਰੂਪ ਹੀ ਜਾਣਦੀ ਹਾਂ। ਆਪ ਜੀ ਨੇ ਆਪਣੀ ਇੱਛਾ ਅਨੁਸਾਰ ਸੰਸਾਰ ਦੇ ਜੀਆਂ ਦਾ ਉਧਾਰ ਕਰਨ ਵਾਸਤੇ ਸਰੀਰ ਧਾਰਿਆ ਹੈ। ਆਪ ਜੀ ਕਲਯੁਗ ਦੇ ਮਨੁੱਖਾਂ ਦੀ ਖੋਟੀ ਰੀਤੀ ਦੂਰ ਕਰਨ ਵਾਸਤੇ ਆਏ ਹੋ।
ਇਤਨੇ ਚਿਰ ਵਿੱਚ ਜੈ ਰਾਮ ਜੀ ਉੱਥੇ ਆ ਗਏ। ਜੈ ਰਾਮ ਜੀ ਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਅੱਗੇ ਹੋਏ। ਗੁਰੂ ਜੀ ਨੇ ਜੈ ਰਾਮ ਜੀ ਨੂੰ ਕਿਹਾ, ਆਪ ਜੀ ਵੱਡੇ ਥਾਂ ਹੋ। ਇਸ ਤਰ੍ਹਾਂ ਆਖ ਕੇ ਗੁਰੂ ਜੀ ਨੇ ਜੈ ਰਾਮ ਜੀ ਨੂੰ ਨਮਸਕਾਰ ਕੀਤੀ। ਜੈ ਰਾਮ ਜੀ ਨੇ ਕਿਹਾ, ਮੈਂ ਆਪ ਜੀ ਨੂੰ ਸਦਾ ਉਡੀਕਦਾ ਰਹਿੰਦਾ ਸੀ। ਹੁਣ ਆਪ ਜੀ ਨੇ ਸਾਡੇ ਘਰ ਚਰਨ ਪਾ ਕੇ ਘਰ ਨੂੰ ਪਵਿੱਤਰ ਕਰ ਦਿੱਤਾ ਹੈ। ਆਪ ਜੀ ਸੰਤ ਰੂਪ ਹੋ, ਇਹ ਵੀ ਤੁਹਾਡਾ ਆਪਣਾ ਹੀ ਘਰ ਹੈ। ਮੈਂ ਆਪ ਜੀ ਦੀ ਸੰਗਤ ਕਰਕੇ ਨਿਹਾਲ ਹੋ ਜਾਵਾਂਗਾ। ਇਸ ਤਰ੍ਹਾਂ ਦੋਵੇਂ ਜਣੇ ਆਪਸ ਵਿੱਚ ਮਿਲ ਕੇ ਖੁਸ਼ ਹੋਏ। ਜੈ ਰਾਮ ਜੀ ਗੁਰੂ ਜੀ ਦੀ ਬਹੁਤ ਪ੍ਰੇਮ ਨਾਲ ਸੇਵਾ ਤੇ ਸੰਗਤ ਕਰਨ ਲੱਗੇ। ਗੁਰੂ ਜੀ ਨੇ ਇਸ ਤਰ੍ਹਾਂ ਸੁਲਤਾਨਪੁਰ ਵਿੱਚ ਕੁਝ ਕੁ ਸਮਾਂ ਬਤੀਤ ਕੀਤਾ। ਗੁਰੂ ਜੀ ਨੇ ਕਿਹਾ, ਭੈਣ ਜੀ ਵਿਹਲੇ ਰਹਿਣਾ ਠੀਕ ਨਹੀਂ, ਕੋਈ ਐਸਾ ਕੰਮ ਕਰੀਏ ਜਿਸ ਵਿੱਚ ਮੇਰਾ ਮਨ ਲੱਗਿਆ ਰਹੇ। ਭੈਣ ਜੀ ਨੇ ਕਿਹਾ, ਆਪ ਜੀ ਜਗਤ ਦੇ ਮਾਲਕ ਹੋ, ਜੋ ਆਪ ਜੀ ਦੇ ਚਿੱਤ ਵਿੱਚ ਹੈ ਉਹ ਕਰੋ। ਆਪ ਜੀ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਭਾਉ ਭਗਤੀ ਦੀਆਂ ਗੱਲਾਂ ਕਰੋ, ਸੰਸਾਰ ਦੇ ਕੰਮ ਆਪ ਜੀ ਨੂੰ ਨਹੀਂ ਸੋਭਦੇ। ਆਪ ਜੀ ਘਰ ਵਿੱਚ ਬੈਠ ਕੇ ਹਰੀ ਦਾ ਜਸ ਸੁਣਾ ਕੇ ਨਿਹਾਲ ਕਰੋ। ਫਿਰ ਗੁਰੂ ਜੀ ਨੇ ਕਿਹਾ, ਭੈਣ ਜੀ ਸੁਣਨਾ ਕਰੋ, ਵੇਦ ਵੀ ਆਖਦੇ ਹਨ, ਹੱਥਾਂ ਨਾਲ ਕਾਰ ਕਰਕੇ ਭੋਜਨ ਛਕੋ, ਦਾਨ ਗਰੀਬਾਂ ਲੋੜਵੰਦਾਂ ਨੂੰ ਦਿਓ। ਫਿਰ ਜੈ ਰਾਮ ਜੀ ਨੇ ਕਿਹਾ, ਤੁਹਾਡਾ ਹੁਕਮ ਮੇਰੇ ਸਿਰ ਮੱਥੇ ਤੇ ਹੈ, ਤੁਹਾਡਾ ਆਖਿਆ ਨਹੀਂ ਮੋੜ ਸਕਦੇ। ਜੇ ਆਪ ਜੀ ਹਿਸਾਬ ਕਿਤਾਬ ਦਾ ਕੰਮ ਕਰ ਸਕਦੇ ਹੋ ਤਾਂ ਆਪ ਹੀ ਆਪ ਜੀ ਨੂੰ ਹਿਸਾਬ ਕਿਤਾਬ ਦਾ ਕੰਮ ਦਿਵਾ ਦੇਈਏ। ਗੁਰੂ ਜੀ ਨੇ ਕਿਹਾ, ਮੈਂ ਸਾਰੇ ਤਰੀਕੇ ਨਾਲ ਹਿਸਾਬ ਕਿਤਾਬ ਲੇਖਾ ਜੋਖਾ ਲੈਣਾ ਦੇਣਾ ਸਭ ਕੁਛ ਜਾਣਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸ਼ਨ, ਬੇਬੇ ਨਾਨਕੀ ਜੀ ਦੀ ਸ਼ਾਦੀ ਕਿੱਥੇ ਤੇ ਕਿਸ ਨਾਲ ਹੋਈ? ਦੂਸਰਾ ਪ੍ਰਸ਼ਨ, ਰਾਏ ਬੁਲਾਰ ਜੀ ਨੇ ਗੁਰੂ ਜੀ ਬਾਰੇ ਜੈ ਰਾਮ ਜੀ ਨੂੰ ਕੀ ਕਿਹਾ? ਤੀਸਰਾ ਪ੍ਰਸ਼ਨ, ਗੁਰੂ ਜੀ ਨੇ ਰਾਏ ਬੁਲਾਰ ਤੇ ਸੁਲਤਾਨਪੁਰ ਕਿਉਂ ਭੇਜਿਆ? ਗੁਰੂ ਜੀ ਨੇ ਰਾਏ ਬੁਲਾਰ ਗੁਰੂ ਜੀ ਨੂੰ ਰਾਏ ਬੁਲਾਰ ਨੇ ਸੁਲਤਾਨਪੁਰ ਕਿਉਂ ਭੇਜਿਆ? ਚੌਥਾ ਪ੍ਰਸ਼ਨ, ਬੇਬੇ ਨਾਨਕੀ ਜੀ ਨੇ ਜਦੋਂ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕੀ ਕਿਹਾ ਤੇ ਭੈਣ ਜੀ ਨੇ ਕੀ ਉੱਤਰ ਦਿੱਤਾ? ਚੌਥਾ ਪ੍ਰਸ਼ਨ, ਗੁਰੂ ਜੀ ਨੇ ਵੇਦਾਂ ਦਾ ਆਖਿਆ ਹੋਇਆ ਕੀ ਦੱਸਿਆ? ਇਹ ਪੰਜ ਪ੍ਰਸ਼ਨ ਹਨ। ਵਿਦਿਆਰਥੀ ਜੋ ਵੀ ਮਾਈ ਭਾਈ ਇਹਨਾਂ ਸਾਖੀਆਂ ਨੂੰ ਸੁਣਦਾ ਹੈ, ਬੇਨਤੀ ਹੈ ਧਿਆਨ ਨਾਲ ਸੁਣੋ ਅਤੇ ਜੋ ਅਖੀਰ ਵਿੱਚ ਇਹ ਪ੍ਰਸ਼ਨ ਹਨ ਉਹਨਾਂ ਦੇ ਉੱਤਰ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਨੇ ਮੋਦੀ ਖਾਨਾ ਚਲਾਉਣਾ, ਪਾਠ ਅੱਠਵਾਂ। ਜੈ ਰਾਮ ਜੀ ਨੇ ਗੁਰੂ ਜੀ ਨੂੰ ਕਿਹਾ, ਜੇ ਆਪ ਜੀ ਮੋਦੀ ਖਾਨੇ ਦਾ ਕੰਮ ਨਿਭਾ ਸਕਦੇ ਹੋ ਤਾਂ ਮੈਂ ਨਵਾਬ ਦੌਲਤ ਖਾਂ ਪਾਸੋਂ ਆਪ ਜੀ ਨੂੰ ਮੋਦੀ ਖਾਨੇ ਦਾ ਕੰਮ ਦਿਵਾ ਦਿਆਂ। ਇਹ ਕੰਮ ਬਹੁਤ ਸੋਹਣਾ ਹੈ। ਜੈ ਰਾਮ ਜੀ ਦਾ ਕਿਹਾ ਗੁਰੂ ਜੀ ਨੇ ਮੰਨ ਲਿਆ। ਗੁਰੂ ਜੀ ਨੇ ਕਿਹਾ, ਮੇਰਾ ਕੰਮ ਕਰਤਾਰ ਆਪੇ ਹੀ ਨਿਭਾਏਗਾ। ਜੈ ਰਾਮ ਜੀ ਨੇ ਕਿਹਾ, ਅੱਜ ਹੀ ਨਵਾਬ ਨੂੰ ਮਿਲ ਕੇ ਇਹ ਕੰਮ ਲਈਏ। ਇਸ ਤਰ੍ਹਾਂ ਆਖ ਕੇ ਜੈ ਰਾਮ ਜੀ ਅਤੇ ਗੁਰੂ ਜੀ ਨਵਾਬ ਪਾਸ ਗਏ ਅਤੇ ਮੋਦੀ ਖਾਨੇ ਦੀ ਸਾਰੀ ਗੱਲਬਾਤ ਕੀਤੀ। ਦੌਲਤ ਖਾਂ ਨੇ ਗੁਰੂ ਜੀ ਦਾ ਰੂਪ ਵੇਖ ਕੇ ਕਿਹਾ, ਇਹ ਮੋਦੀ ਖਾਨੇ ਦਾ ਕੰਮ ਚਲਾ ਸਕਦੇ ਹਨ? ਨਵਾਬ ਨੇ ਖੁਸ਼ ਹੋ ਕੇ ਗੁਰੂ ਜੀ ਨੂੰ ਇੱਕ ਚੋਲਾ ਦਿੱਤਾ ਅਤੇ ਮੋਦੀ ਖਾਨੇ ਦਾ ਕੰਮ ਸ਼ੁਰੂ ਕਰਨ ਵਾਸਤੇ 1000 ਰੁਪਏ ਦਿੱਤੇ। ਗੁਰੂ ਜੀ ਨੇ ਇਹਨਾਂ ਰੁਪਇਆਂ ਦੀ ਹੱਟੀ ਵਿੱਚ ਸੌਦਾ ਲਿਆ ਕੇ ਰੱਖਿਆ। ਗੁਰੂ ਜੀ ਸੌਦਾ ਲੈਣ ਵਾਲੇ ਨੂੰ ਆਪ ਸੌਦਾ ਦਿੰਦੇ ਸਨ। ਸਵੇਰ ਤੋਂ ਸ਼ਾਮ ਤੱਕ ਸੌਦਾ ਲੈਣ ਵਾਲਿਆਂ ਦੀ ਬਹੁਤ ਵੱਡੀ ਭੀੜ ਲੱਗੀ ਰਹਿੰਦੀ। ਇੱਕ ਦਿਨ ਬਾਲਾ ਜੀ ਨੇ ਗੁਰੂ ਜੀ ਨੂੰ ਕਿਹਾ, ਮੈਨੂੰ ਛੁੱਟੀ ਦਿਓ, ਮੈਂ ਆਪਣੇ ਘਰ ਜਾ ਕੇ ਜ਼ਿਮੀਦਾਰਾਂ ਕਰਕੇ ਗੁਜ਼ਾਰਾ ਕਰਾਂਗਾ।
ਗੁਰੂ ਜੀ ਨੇ ਕਿਹਾ, ਬਾਲੇ ਇੱਥੇ ਰਹਿ ਕੇ ਹੀ ਕਰਤਾਰ ਨੂੰ ਚੇਤੇ ਕਰ ਅਤੇ ਚੰਗਾ ਗੁਜ਼ਾਰਾ ਕਰ, ਉਦਾਸ ਨਾ ਹੋ, ਤੂੰ ਇਸ ਤਰ੍ਹਾਂ ਨਾ ਜਾਣ। ਅਸੀਂ ਮੋਦੀ ਬਣ ਕੇ ਧਨ ਇਕੱਠਾ ਕਰਾਂਗੇ, ਇੱਥੇ ਅਸੀਂ ਕੁਝ ਸਮਾਂ ਰਹਿਣਾ ਹੈ, ਇਸ ਤੋਂ ਬਾਅਦ ਅਸੀਂ ਹੋਰ ਥਾਂ ਜਾਣਾ ਹੈ, ਤੈਨੂੰ ਨਾਲ ਲੈ ਕੇ ਜਾਵਾਂਗੇ। ਇਸ ਤਰ੍ਹਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਪ੍ਰੇਮ ਨਾਲ ਰੱਖ ਲਿਆ। ਭਾਈ ਬਾਲੇ ਨੇ ਕਿਹਾ, ਗੁਰੂ ਜੀ ਮੈਨੂੰ ਵਰ ਦਿਓ ਕਿ ਮੈਂ ਆਪ ਜੀ ਦਾ ਹੁਕਮ ਕਦੀ ਵੀ ਨਾ ਮੋੜਾਂ, ਸਦਾ ਹੀ ਮੰਨਦਾ ਰਹਾਂ। ਗੁਰੂ ਜੀ ਨੇ ਕਿਹਾ, ਤੂੰ ਸਾਡਾ ਮਿੱਤਰ ਹੈ, ਤੇਰਾ ਮਨ ਸਦਾ ਕਰਤਾਰ ਵੱਲ ਲੱਗਾ ਰਹੇਗਾ। ਭਾਈ ਬਾਲਾ ਜੀ ਨੇ ਕਿਹਾ, ਇਹ ਬਚਨ ਸੁਣ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਉਸ ਦਿਨ ਤੋਂ ਭਾਈ ਬਾਲਾ ਜੀ ਗੁਰੂ ਜੀ ਦੇ ਨਾਲ ਮਨ ਟਿਕਾ ਕੇ ਸੇਵਾ ਕਰਦੇ ਰਹੇ। ਗੁਰੂ ਜੀ ਦੀ ਵਡਿਆਈ ਸੁਣ ਕੇ ਮੰਗਣ ਵਾਲੇ ਬਹੁਤ ਆਉਣ ਲੱਗ ਪਏ। ਜੋ ਵੀ ਗੁਰੂ ਜੀ ਕੋਲ ਆਉਂਦਾ, ਗੁਰੂ ਜੀ ਸਾਰਿਆਂ ਦੀ ਇੱਛਾ ਪੂਰੀ ਕਰਦੇ, ਕਿਸੇ ਨੂੰ ਖਾਲੀ ਨਹੀਂ ਮੋੜਦੇ, ਸਾਰਿਆਂ ਨੂੰ ਮੂੰਹ ਮੰਗੀਆਂ ਮੁਰਾਦਾਂ ਦੇਈ ਜਾਂਦੇ ਅਤੇ ਹੱਟੀ ਵਿੱਚ ਕਿਸੇ ਚੀਜ਼ ਦਾ ਘਾਟਾ ਨਾ ਪੈਂਦਾ। ਇਸ ਤਰ੍ਹਾਂ ਘਰ ਘਰ ਵਿੱਚ ਗੁਰੂ ਜੀ ਦਾ ਜਸ ਹੋਣ ਲੱਗ ਪਿਆ। ਮੋਦੀ ਖਾਨੇ ਦਾ ਹਰ ਮਹੀਨੇ ਨਵਾਬ ਪਾਸ ਲੇਖਾ ਹੁੰਦਾ ਰਹਿੰਦਾ। ਜਦੋਂ ਵੀ ਲੇਖਾ ਹੁੰਦਾ, ਉਦੋਂ ਹੀ ਗੁਰੂ ਜੀ ਦਾ ਵਾਧਾ ਨਿਕਲਦਾ। ਕਈ ਨਿੰਦਕ ਈਰਖਾ ਕਰਕੇ ਆਖਦੇ, ਦੌਲਤ ਖਾਂ ਨੂੰ ਕੋਈ ਖਬਰ ਨਹੀਂ ਕਿ ਮੋਦੀ ਤਾਂ ਮੋਦੀ ਖਾਨਾ ਲੁਟਾਈ ਜਾ ਰਿਹਾ ਹੈ, ਆਖਰ ਇਸ ਨੂੰ ਘਾਟਾ ਪੈ ਜਾਵੇਗਾ, ਨਵਾਬ ਇਹਨਾਂ ਨੂੰ ਪਕੜ ਲਵੇਗਾ, ਇਹ ਬਹੁਤ ਦੁਖੀ ਹੋਣਗੇ। ਕਈ ਆਖਦੇ, ਇਹ ਬਹੁਤ ਦਾਨ ਦਿੰਦੇ ਹਨ, ਇਸ ਕਰਕੇ ਮੋਦੀ ਖਾਨੇ ਵਿੱਚ ਬਹੁਤ ਬਰਕਤ ਪੈਂਦੀ ਹੈ। ਤਲਵੰਡੀ ਵਿੱਚ ਬਾਬਾ ਕਾਲੂ ਜੀ ਨੇ ਗੁਰੂ ਜੀ ਦੀ ਬਹੁਤ ਵਡਿਆਈ ਸੁਣੀ। ਉਹ ਤਲਵੰਡੀ ਤੋਂ ਸੁਲਤਾਨਪੁਰ ਆਏ। ਜਦੋਂ ਗੁਰੂ ਜੀ ਨੇ ਬਾਬਾ ਕਾਲੂ ਜੀ ਨੂੰ ਦੇਖਿਆ ਤਾਂ ਛੇਤੀ ਉੱਠ ਕੇ ਚਰਨਾਂ ਤੇ ਮੱਥਾ ਟੇਕਿਆ। ਬਾਬਾ ਕਾਲੂ ਜੀ ਨੇ ਗੁਰੂ ਜੀ ਨੂੰ ਬਹੁਤ ਪਿਆਰ ਕੀਤਾ। ਉਸ ਤੋਂ ਬਾਅਦ ਬਾਬਾ ਕਾਲੂ ਜੀ ਨੂੰ ਭਾਈ ਬਾਲੇ ਨੇ ਮੱਥਾ ਟੇਕਿਆ ਅਤੇ ਸੁੱਖ ਸਾਂਦ ਪੁੱਛੀ। ਜਦੋਂ ਕੁਝ ਕੁ ਸਮਾਂ ਹੋਇਆ ਤਾਂ ਬਾਬਾ ਕਾਲੂ ਜੀ ਨੇ ਕਿਹਾ, ਪੁੱਤਰ ਤੈਨੂੰ ਮੋਦੀ ਦੀ ਕਾਰ ਕਰਦਿਆਂ ਬਹੁਤ ਸਮਾਂ ਹੋ ਗਿਆ ਹੈ, ਕਿਤਨੀ ਕੁ ਮਾਇਆ ਕਮਾਈ ਹੈ, ਮੈਨੂੰ ਦੇਹ। ਗੁਰੂ ਜੀ ਨੇ ਕਿਹਾ, ਕਮਾਈ ਤਾਂ ਮੈਂ ਬਹੁਤ ਕੀਤੀ ਹੈ, ਪਰ ਮਾਇਆ ਇੱਕ ਪਾਸੇ ਤੋਂ ਆਉਂਦੀ ਹੈ ਤੇ ਦੂਜੇ ਪਾਸੇ ਚਲੀ ਜਾਂਦੀ ਹੈ, ਇੱਕ ਪੈਸਾ ਵੀ ਜਮ੍ਹਾਂ ਨਹੀਂ ਕੀਤਾ, ਆਮਦਨ ਤੇ ਖਰਚ ਬਰਾਬਰ ਹੀ ਹਨ। ਇਹ ਸੁਣ ਕੇ ਬਾਬਾ ਕਾਲੂ ਜੀ ਨੇ ਬਹੁਤ ਗੁੱਸਾ ਕੀਤਾ, ਆਖਿਆ, ਤੂੰ ਧਨ ਸਾਂਭ ਕੇ ਨਹੀਂ ਰੱਖਦਾ, ਤੈਨੂੰ ਮੋਦੀ ਦੀ ਕਾਰ ਕਰਦਿਆਂ ਕਿੰਨਾ ਸਮਾਂ ਹੋ ਗਿਆ ਹੈ, ਇੱਕ ਪੈਸਾ ਵੀ ਜਮ੍ਹਾਂ ਨਹੀਂ ਕੀਤਾ। ਭਾਈ ਬਾਲਾ ਜੀ ਨੂੰ ਵੀ ਬਾਬਾ ਕਾਲੂ ਜੀ ਬਹੁਤ ਗੁੱਸੇ ਹੋਏ ਤੇ ਆਖਣ ਲੱਗੇ, ਤੂੰ ਇਹਨਾਂ ਕੋਲ ਰਹਿੰਦਾ ਹੈ, ਤੂੰ ਵੀ ਮਾਇਆ ਦੀ ਸਾਂਭ ਨਹੀਂ ਕਰਦਾ। ਬਾਬਾ ਕਾਲੂ ਜੀ ਬਹੁਤ ਖੋਟੇ ਬਚਨ ਬੋਲ ਆਖਣ ਲੱਗੇ, ਤੂੰ ਮੇਰੇ ਘਰ ਵਿੱਚੋਂ ਜੋ ਮਾਇਆ ਗਵਾਈ ਹੈ ਮੈਨੂੰ ਹੁਣੇ ਕਮਾ ਕੇ ਦੇਹ, ਮੈਂ ਲੈਣ ਵਾਸਤੇ ਆਇਆ ਹਾਂ। ਇਹ ਸੁਣ ਕੇ ਗੁਰੂ ਜੀ ਚੁੱਪ ਰਹੇ ਤੇ ਕੋਈ ਜਵਾਬ ਨਹੀਂ ਦਿੱਤਾ। ਬਾਬਾ ਕਾਲੂ ਜੀ ਨੇ ਕਿਹਾ, ਤੂੰ ਫਜ਼ੂਲ ਖਰਚੀ ਛੱਡ ਦੇਹ, ਚੰਗੀ ਮੱਤ ਧਾਰ ਕੇ ਧਨ ਇਕੱਠਾ ਕਰ, ਜੇ ਤੂੰ ਮੈਨੂੰ ਦੇਣਾ ਨਹੀਂ ਚਾਹੁੰਦਾ ਤਾਂ ਆਪ ਹੀ ਮਾਇਆ ਵੱਖਰੀ ਰੱਖ ਲਿਆ ਕਰ, ਘਰ ਦੇ ਕੰਮ ਮਾਇਆ ਤੋਂ ਬਗੈਰ ਨਹੀਂ ਚੱਲਦੇ। ਇਸ ਤਰ੍ਹਾਂ ਬਾਬਾ ਕਾਲੂ ਜੀ ਗੁਰੂ ਜੀ ਨੂੰ ਧਨ ਕਮਾਉਣ ਦੀ ਸਿੱਖਿਆ ਦੇ ਕੇ ਜੈ ਰਾਮ ਜੀ ਦੇ ਘਰ ਨੂੰ ਚਲੇ ਗਏ। ਘਰ ਜਾ ਕੇ ਬੇਬੇ ਨਾਨਕੀ ਜੀ ਤੇ ਜੈ ਰਾਮ ਜੀ ਅਤੇ ਸਾਰੇ ਪਰਿਵਾਰ ਨੂੰ ਪ੍ਰੇਮ ਨਾਲ ਮਿਲੇ, ਸਾਰਿਆਂ ਨੂੰ ਸੁੱਖ ਆਨੰਦ ਪੁੱਛੀ। ਕੁਝ ਕੁ ਦਿਨ ਬਾਬਾ ਕਾਲੂ ਜੀ ਉੱਥੇ ਰਹਿ ਕੇ ਤਲਵੰਡੀ ਨੂੰ ਚਲੇ ਗਏ। ਜਿਸ ਤਰ੍ਹਾਂ ਅੱਜ ਕੱਲ੍ਹ ਸਰਕਾਰੀ ਡੀਪੂ ਤੋਂ ਲੋਕਾਂ ਨੂੰ ਸਸਤੇ ਰੇਟ ਤੇ ਸੌਦਾ ਮਿਲਦਾ ਹੈ, ਇਸੇ ਤਰ੍ਹਾਂ ਇਹ ਸਰਕਾਰੀ ਹੱਟੀ ਨੂੰ ਮੋਦੀ ਖਾਨਾ ਆਖਦੇ ਸਨ। ਲੋਕਾਂ ਨੂੰ ਸੌਦਾ ਇੱਥੋਂ ਸਸਤੇ ਰੇਟ ਤੇ ਮਿਲਦਾ ਸੀ। ਗੁਰੂ ਜੀ ਨੇ ਮੋਦੀ ਖਾਨੇ ਦਾ ਕੰਮ ਬੜੇ ਚੰਗੇ ਢੰਗ ਨਾਲ ਚਲਾਇਆ। ਉਹ ਸਦਾ ਸੱਚ ਬੋਲਦੇ ਤੇ ਪੂਰਾ ਤੋਲਦੇ ਅਤੇ ਕਿਸੇ ਦਾ ਹੱਕ ਨਹੀਂ ਸਨ ਰੱਖਦੇ। ਸਾਰੇ ਲੋਕ ਗੁਰੂ ਜੀ ਨਾਲ ਬਹੁਤ ਪ੍ਰੇਮ ਕਰਨ ਲੱਗ ਪਏ, ਪਰ ਕੁਝ ਭੈੜੇ ਬੰਦਿਆਂ ਨੇ ਨਵਾਬ ਪਾਸ ਚੁਗਲੀ ਕੀਤੀ ਕਿ ਤੇਰਾ ਮੋਦੀ ਤਾਂ ਮੋਦੀ ਖਾਨੇ ਨੂੰ ਲੁਟਾਈ ਜਾ ਰਿਹਾ ਹੈ।
ਇਹ ਸੁਣ ਕੇ ਗੁਰੂ ਜੀ ਨੂੰ ਇੱਕ ਵਾਰੀ ਕੈਦ ਵੀ ਕਰ ਦਿੱਤਾ ਅਤੇ ਕਈ ਵਾਰ ਲੇਖਾ ਕਰਵਾਇਆ, ਪਰ ਗੁਰੂ ਜੀ ਦਾ ਵਾਅਦਾ ਨਿਕਲਦਾ ਰਿਹਾ। ਨਵਾਬ ਦੀ ਤਸੱਲੀ ਹੋ ਗਈ ਤੇ ਗੁਰੂ ਜੀ ਨੂੰ ਛੱਡ ਦਿੱਤਾ। ਚੁਗਲਖੋਰਾਂ ਨੂੰ ਸ਼ਰਮਿੰਦੇ ਹੋਣਾ ਪਿਆ। ਗੁਰੂ ਜੀ ਹੱਥੀ ਕਾਰ ਕਰਦੇ ਅਤੇ ਵਾਹਿਗੁਰੂ ਜੀ ਦਾ ਨਾਮ ਜਪਦੇ ਰਹਿੰਦੇ ਤੇ ਹੋਰਾਂ ਨੂੰ ਜਪਣ ਦਾ ਉਪਦੇਸ਼ ਕਰਦੇ ਸਨ। ਉਹ ਆਪਣੇ ਹੱਕ ਦੀ ਕਮਾਈ ਵਿੱਚੋਂ ਗਰੀਬਾਂ ਨੂੰ ਅੰਨ ਕੱਪੜਾ ਵੀ ਦਾਨ ਦਿਆ ਕਰਦੇ ਸਨ। ਇਸ ਤਰ੍ਹਾਂ ਗੁਰੂ ਜੀ ਉਹ ਕੁਝ ਹੀ ਕਰਦੇ ਸਨ ਜੋ ਕੁਝ ਕਰਨ ਦਾ ਉਪਦੇਸ਼ ਉਹਨਾਂ ਸੰਸਾਰ ਨੂੰ ਦੇਣਾ ਸੀ। ਗੁਰੂ ਜੀ ਆਪਣੇ ਧਰਮ ਦੇ ਤਿੰਨੇ ਵੱਡੇ ਅਸੂਲਾਂ ਨੂੰ ਕਮਾ ਕੇ ਵਿਖਾ ਰਹੇ ਸਨ। ਉਹ ਅਸੂਲ ਇਹ ਹਨ, ਪਹਿਲਾ ਕਿਰਤ ਕਰਨੀ, ਦੂਜਾ ਨਾਮ ਜਪਣਾ, ਤੀਜਾ ਵੰਡ ਛਕਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਲਈ ਪ੍ਰਸ਼ਨ। ਦੌਲਤ ਖਾਂ ਨੇ ਗੁਰੂ ਜੀ ਨੂੰ ਵੇਖ ਕੇ ਕੀ ਕਿਹਾ ਤੇ ਕੀ ਦਿੱਤਾ? ਦੂਸਰਾ ਪ੍ਰਸ਼ਨ, ਭਾਈ ਬਾਲੇ ਨੇ ਗੁਰੂ ਜੀ ਕੋਲੋਂ ਕੀ ਵਰ ਮੰਗਿਆ ਤੇ ਗੁਰੂ ਜੀ ਨੇ ਕੀ ਕਿਹਾ? ਤੀਸਰਾ ਪ੍ਰਸ਼ਨ, ਗੁਰੂ ਜੀ ਨੇ ਮੋਦੀ ਖਾਨੇ ਦਾ ਕੰਮ ਕਿਸ ਤਰ੍ਹਾਂ ਚਲਾਇਆ? ਚੌਥਾ ਪ੍ਰਸ਼ਨ, ਚੁਗਲਖੋਰਾਂ ਨੇ ਨਵਾਬ ਪਾਸ ਕੀ ਚੁਗਲੀ ਕੀਤੀ? ਪੰਜਵਾਂ ਪ੍ਰਸ਼ਨ, ਗੁਰੂ ਜੀ ਸਿੱਖ ਧਰਮ ਦੇ ਕਿਹਨਾਂ ਅਸੂਲਾਂ ਨੂੰ ਕਮਾ ਕੇ ਵਿਖਾ ਰਹੇ ਸਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗੀਰਥ ਦਾ ਗੁਰੂ ਨਾਨਕ ਦੇਵ ਜੀ ਪਾਸ ਆਉਣਾ, ਪਾਠ ਨੌਵਾਂ। ਸੁਲਤਾਨਪੁਰ ਦੇ ਲਾਗੇ ਮਲਸੀਹਾਂ ਨਗਰ ਵਿੱਚ ਭਗੀਰਥ ਨਾਮ ਦਾ ਇੱਕ ਕਾਲਕਾ ਦੇਵੀ ਦਾ ਪੁਜਾਰੀ ਰਹਿੰਦਾ ਸੀ। ਉਹ ਹਰ ਰੋਜ਼ ਕਾਲਕਾ ਦੇਵੀ ਦੇ ਮੰਦਿਰ ਵਿੱਚ ਜਾ ਕੇ ਬੜੇ ਪ੍ਰੇਮ ਨਾਲ ਪੂਜਾ ਕਰਦਾ ਸੀ ਤੇ ਬਹੁਤੇ ਨਾਮ ਲੈ ਲੈ ਕੇ ਕਾਲਕਾ ਦੀ ਵਡਿਆਈ ਕਰਦਾ ਸੀ ਅਤੇ ਦਿਨ ਰਾਤ ਉਹ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਸੀ। ਇੱਕ ਦਿਨ ਭਗੀਰਥ ਦੀ ਪੂਜਾ ਕਰਦਿਆਂ ਬਹੁਤੇ ਪ੍ਰੇਮ ਵਿੱਚ ਆ ਗਏ ਅਤੇ ਪੂਜਾ ਕਰਦਿਆਂ ਸਾਰਾ ਦਿਨ ਮੰਦਿਰ ਵਿੱਚ ਹੀ ਬੀਤ ਗਿਆ। ਤਾਂ ਵੀ ਇਹਨਾਂ ਦੀ ਪੂਜਾ ਕਰਨ ਦੀ ਪ੍ਰੀਤੀ ਨਹੀਂ ਘਟੀ, ਘਰ ਜਾਣ ਨੂੰ ਚਿੱਤ ਨਾ ਕੀਤਾ। ਰਾਤ ਨੂੰ ਕਾਲਕਾ ਦੇਵੀ ਦੇ ਮੰਦਿਰ ਵਿੱਚ ਹੀ ਰਹਿ ਪਿਆ। ਜਦੋਂ ਅੱਧੀ ਰਾਤ ਹੋ ਗਈ ਤਾਂ ਉਹਨਾਂ ਨੂੰ ਥੋੜ੍ਹੀ ਜਿਹੀ ਨੀਂਦ ਆ ਗਈ। ਜਦੋਂ ਕਾਲਕਾ ਜੀ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਆਖਿਆ, ਹੇ ਭਗਤਾ, ਮੰਗ ਜੋ ਤੇਰੀ ਇੱਛਾ ਹੈ। ਭਗੀਰਥ ਨੇ ਕਿਹਾ, ਹੇ ਦੇਵੀ ਜੀ, ਜੇ ਮੇਰੇ ਤੇ ਖੁਸ਼ ਹੋ ਤਾਂ ਮੈਨੂੰ ਮੁਕਤੀ ਦੇਵੋ। ਦੇਵੀ ਨੇ ਕਿਹਾ, ਮੈਂ ਤੈਨੂੰ ਮੁਕਤੀ ਨਹੀਂ ਦੇ ਸਕਦੀ। ਜੇ ਤੂੰ ਮੁਕਤੀ ਚਾਹੁੰਦਾ ਹੈ ਤਾਂ ਸੁਲਤਾਨਪੁਰ ਵਿੱਚ ਪਰਮੇਸ਼ਰ ਨੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਹਨ। ਉਹ ਹੱਟ ਚਲਾ ਰਹੇ ਹਨ, ਤੂੰ ਜਾ ਕੇ ਸਰਧਾ ਨਾਲ ਉਹਨਾਂ ਦੀ ਸੇਵਾ ਕਰ, ਉਹ ਤੈਨੂੰ ਮੁਕਤ ਕਰ ਦੇਣਗੇ। ਇਤਨਾ ਸੁਣ ਕੇ ਭਗੀਰਥ ਦੀਆਂ ਅੱਖਾਂ ਖੁੱਲ ਗਈਆਂ ਅਤੇ ਸੁਪਨੇ ਨੂੰ ਚੰਗੀ ਤਰ੍ਹਾਂ ਵਿਚਾਰਨ ਲੱਗੇ। ਸਵੇਰ ਹੋਣ ਤੱਕ ਗੁਰੂ ਜੀ ਕੋਲ ਜਾਣ ਦਾ ਪੱਕਾ ਮਨ ਬਣਾ ਲਿਆ। ਸਵੇਰੇ ਭਗੀਰਥ ਜੀ ਆਪਣੇ ਟੱਬਰ ਅਤੇ ਚੌਧਰਤਾ ਨੂੰ ਛੱਡ ਕੇ ਸਤਿਗੁਰੂ ਜੀ ਵੱਲ ਜਾਣ ਲਈ ਤਿਆਰ ਹੋ ਗਏ। ਭਗੀਰਥ ਜੀ ਨੂੰ ਬਹੁਤੇ ਲੋਕ ਰੋਕਦੇ ਰਹੇ ਪਰ ਆਪ ਜੀ ਨਾ ਰੁਕੇ, ਛੇਤੀ ਹੀ ਸੁਲਤਾਨਪੁਰ ਆ ਗਏ। ਉੱਥੇ ਹੱਟ ਤੇ ਮੰਗਤਿਆਂ ਦੀ ਬੜੀ ਭੀੜ ਲੱਗੀ ਸੀ। ਭਾਈ ਭਗੀਰਥ ਨੂੰ ਦਰਸ਼ਨ ਦੀ ਬਹੁਤ ਖਿੱਚ ਸੀ। ਉਹ ਦਰਸ਼ਨ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ ਡੰਡੇ ਵਾਂਗ ਲੰਮਾ ਪੈ ਗਿਆ ਅਤੇ ਆਪਣੇ ਸਰੀਰ ਦੀ ਖਬਰ ਭੁਲਾ ਦਿੱਤੀ। ਗੁਰੂ ਜੀ ਨੇ ਦੇਵੀ ਦਾ ਸਾਰਾ ਹਾਲ ਜਾਣ ਕੇ ਭਾਈ ਭਗੀਰਥ ਨੂੰ ਬਾਹਾਂ ਤੋਂ ਫੜ ਕੇ ਉਠਾਇਆ ਤੇ ਕਿਹਾ, ਤੇਰੀ ਕੀ ਇੱਛਾ ਹੈ ਤੇ ਕਿੱਥੋਂ ਆਇਆ ਹੈ? ਤੂੰ ਆਪਣੀ ਸਾਰੀ ਗੱਲ ਦੱਸ, ਜੋ ਮੰਗੇਗਾ ਉਹ ਹੀ ਤੈਨੂੰ ਮਿਲ ਜਾਵੇਗਾ। ਇਹ ਸੁਣ ਕੇ ਭਗੀਰਥ ਨੇ ਕਿਹਾ, ਆਪ ਜੀ ਸਾਰਾ ਕੁਝ ਜਾਣਦੇ ਹੋ, ਤਾਂ ਵੀ ਆਪ ਜੀ ਨੇ ਪੁੱਛਣ ਤੇ ਮੈਂ ਸਾਰਾ ਕੁਝ ਦੱਸਦਾ ਹਾਂ। ਮਲਸੀਹਾਂ ਨਗਰ ਵਿੱਚ ਮੇਰਾ ਘਰ ਹੈ,
मैं कालका जी दा पूजा करदा सी। कालका देवी ने मैनू सुपने विच कहा, जे तू मुक्ति चाहुंदा है ता सतगुरु नानक देव जी दे पास जाके उना दी सेवा कर। इस वास्ते मैं आप जी दी सेवा करन वास्ते आया हां। गुरु जी इस दी बेनती सुन के खुश होए अते अपनी सेवा करन दी आग्या दे दित्ती। इउं भाई भगीरथ बहुत समा गुरु जी दी नित सेवा करदे अते दर्शना दा लाभ लैंदे रहे। वाहिगुरु जी का खालसा, वाहिगुरु जी की फतेह। प्रश्न, भाई भागीरथ जी कित्थों दे रहन वाले सन अते किस दी पूजा करदे सन? दूसरा प्रश्न, कालका ने भगीरथ जी नूं सुपने विच की कहा? तीसरा प्रश्न, भाई भगीरथ जी नूं गुरु जी ने की कहा? वाहिगुरु जी का खालसा, वाहिगुरु जी की फतेह। पाठ दसवां, भाई मरदाने दा गुरु जी पास आना। मरदाना तलवंडी तो गुरु नानक देव जी दे दर्शना वास्ते सुल्तानपुर आया। चरणा ते मत्था टेक के सतगुरु नानक देव जी दी वडियाई कीती अते गुरु जी नू राजी खुशी दा सुनेहा दिता। फिर मरदाने ने गुरु जी नू बेनती कीती, गुरु जी आप जी ने कहा सी, मरदाने तू बेदी कुल दा मरासी है, जो कुछ मंगना साढ़े कोलो मंगी, होर किसे कोलो ना मंगी। आप जी दा बचन चेते करके मैं आप जी पास आया हां। बाकी दा गुजारा ता ठीक चल रहा है। मेरी पुत्री दी शादी है, शादी विच खर्चे दी लोड है। इतना खर्चा करन दी साढ़े विच ताकत नहीं, इस करके मैं आप जी पास आया हां। उदों गुरु जी ने भाई भगीरथ जी नूं आख्या के विआह दा सारा सौदा कागज ते लिख लो। भगीरथ जी ने मरदाने तो पुछ के सारा सौदा लिखिया। गुरु जी ने कहा, यह सारा सौदा साडे पास नहीं है, इस करके भगीरथा तू लाहौर जाके चंगी तरह वेख के सौदा लिया। उत्थे एक रात तो वध नहीं रहना। भगीरथ जी लाहौर एक साहूकार दी दुकान ते गए, जिसका नाम मनसुख सी। ते उसनु परची विखा के कहा, शाह जी मैनू ब्याह दा सारा समान छेती दे दियो, अपनी माया नगद लै लो, मैं इत्थे एक रात तो वध नहीं रह सकदा। शाहूकार ने भगीरथ नू लागे बिठा के कहा, हुण तां शाम पै गई है, कल नू सारा समान दे दियांगा। जदों शाहूकार ने सारा समान कागज ते लिखिया वेखिया ता उसने कहा, सारियां चीजां ता मिल जाणगियां, पर चूड़े दा तैयार होण लग्या कुछ को समां लगेगा। भगीरथ ने कहा, जे मैं इत्थे दूजी रात रहा ता मेरा जन्म निष्फल चला जावेगा। शाहूकार ने कहा, यह की कारण है, मेरे शंके नु दूर कर। भगीरथ जी ने कहा, शाह जी मेरे गुरु पूरे हन, उना दा बचन खाली नहीं जांदा। उना दी इस तरह आग्या है कि दूजी रात लाहौर विच नहीं रहना। मनसुख ने कहा, इस कलयुग विच ऐसा कोई पूरा नहीं है जिस तरह तू कहा है। भगीरथ जी ने कहा, तू मेरी गल ते शंका ना कर, मेरे सतगुरु जी पूर्ण हन, जिन्हां ने उन्हां ते श्रद्धा कीती है उन्हां दा जन्म मरण कट दिंदे हन। कल युग विच वाहे गुरु जी आप अवतार धार के आए हन, पर ओह संसारी रीति अनुसार ही गुजारा कर रहे हन। ओह सारिआं दे अंदर दी जाणदे हन। मनसुख ने कहा, जे मैनू ओह कुछ को करामातां विखा देण ता मैं उन्हां दा सिख हो जावांगा। मैनू पाखंडी साधु बहुत मिले हन, इस करके मैं करामातां तो बगैर भरोसा नहीं करांगा। भगीरथ ने कहा, शाह जी तर्क नू छड्ड के शरदा धार के दर्शन करो, जिन्हां दे दर्शनां नाल मन नू शांति मिलदी है,
ਜੇ ਤੁਸੀਂ ਕਰਾਮਾਤ ਵੇਖਣੀ ਚਾਹੁੰਦੇ ਹੋ ਤਾਂ ਉੱਥੇ ਕਰਾਮਾਤ ਦਾ ਕੋਈ ਘਾਟਾ ਨਹੀਂ। ਤੂੰ ਮੇਰੇ ਨਾਲ ਪੱਕਾ ਨਿਸ਼ਚਾ ਕਰਕੇ ਚੱਲ। ਸਤਿਗੁਰੂ ਜੀ ਤੇਰੇ ਮਨ ਦੀ ਕਾਮਨਾ ਪੂਰੀ ਕਰ ਦੇਣਗੇ। ਮਨ ਸੁਖ ਨੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ। ਆਪਸ ਵਿੱਚ ਇਸ ਤਰ੍ਹਾਂ ਬਚਨ ਕਰਦੇ ਭੋਜਨ ਛਕ ਕੇ ਰਾਤ ਨੂੰ ਸੌ ਗਏ। ਦੋਵਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਸੌ ਚ ਇਸ਼ਨਾਨ ਕੀਤਾ। ਸ਼ਾਹ ਨੇ ਭਗੀਰਥ ਨੂੰ ਕਿਹਾ, ਇੱਕ ਚੂੜਾ ਮੇਰੇ ਘਰ ਵਿੱਚ ਹੈ, ਉਹਨੂੰ ਦੇਣ ਨੂੰ ਮੇਰਾ ਚਿੱਤ ਨਹੀਂ ਕਰਦਾ, ਉਹ ਮੈਂ ਗੁਰੂ ਜੀ ਨੂੰ ਭੇਟਾ ਵਜੋਂ ਦੇ ਦਿੰਦਾ ਹਾਂ। ਭਗੀਰਥ ਨੇ ਕਿਹਾ, ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਕਰ ਲਓ। ਵਿਆਹ ਦੀਆਂ ਸਾਰੀਆਂ ਚੀਜ਼ਾਂ ਲੈ ਕੇ ਦੋਵੇਂ ਤੁਰ ਪਏ। ਮਨ ਸੁਖ ਨੇ ਭਗੀਰਥ ਨੂੰ ਕਿਹਾ, ਜੇ ਗੁਰੂ ਜੀ ਮੇਰਾ ਨਾਮ ਲੈ ਕੇ ਬੁਲਾਉਣਗੇ ਤਾਂ ਉਦੋਂ ਮੇਰੇ ਮਨ ਵਿੱਚ ਪੱਕਾ ਨਿਸ਼ਚਾ ਹੋ ਜਾਵੇਗਾ, ਤਾਂ ਫਿਰ ਮੈਂ ਜਾਣਾਂਗਾ ਇਹ ਪਰਮੇਸ਼ਰ ਦੇ ਅਵਤਾਰ ਹਨ। ਇਸ ਤਰ੍ਹਾਂ ਗੱਲਾਂ ਕਰਦੇ ਦੋਵੇਂ ਜਣੇ ਸੁਲਤਾਨਪੁਰ ਪਹੁੰਚ ਗਏ। ਗੁਰੂ ਜੀ ਨੇ ਦੋਵਾਂ ਨੂੰ ਆਉਂਦੇ ਵੇਖ ਕੇ ਕਿਹਾ, ਭਗੀਰਥ ਪਰਉਪਕਾਰੀ ਆਓ, ਪਹਿਲਾਂ ਇਹ ਸਨਮੁਖ ਕੱਚਾ ਸੀ, ਹੁਣ ਆਪਣਾ ਨਾਮ ਸੱਚਾ ਸਨਮੁਖ ਕਰਨਾ ਚਾਹੁੰਦਾ ਹੈ। ਮਨ ਸੁਖ ਇਹ ਬਚਨ ਸੁਣ ਕੇ ਗੁਰੂ ਜੀ ਦੇ ਚਰਨਾਂ ਵਿੱਚ ਲੰਮਾ ਪੈ ਗਿਆ। ਭਗੀਰਥ ਨੇ ਵਿਆਹ ਦਾ ਸਾਰਾ ਸਮਾਨ ਗੁਰੂ ਜੀ ਦੇ ਅੱਗੇ ਰੱਖ ਕੇ ਮੱਥਾ ਟੇਕ ਕੇ ਕਿਹਾ, ਆਪ ਜੀ ਸਭ ਕੁਛ ਜਾਣਦੇ ਹੋ, ਇਹ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ ਹੈ। ਗੁਰੂ ਜੀ ਨੇ ਮਨ ਸੁਖ ਨੂੰ ਸਤਿਕਾਰਿਆ। ਗੁਰੂ ਜੀ ਨੇ ਮਰਦਾਨੇ ਨੂੰ ਮਾਇਆ ਅਤੇ ਵਿਆਹ ਦੀਆਂ ਸਾਰੀਆਂ ਵਸਤੂਆਂ ਦਿੱਤੀਆਂ। ਮਰਦਾਨਾ ਖੁਸ਼ੀ ਖੁਸ਼ੀ ਤਲਵੰਡੀ ਨੂੰ ਆ ਗਿਆ। ਮਨ ਸੁਖ ਦੀ ਗੁਰੂ ਜੀ ਵਿੱਚ ਬਹੁਤ ਸ਼ਰਧਾ ਵੱਧ ਗਈ। ਜਦੋਂ ਦੋ ਕੁ ਦਿਨ ਹੋਏ ਤਾਂ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ, ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਆਪ ਜੀ ਕਿਰਪਾ ਕਰੋ। ਗੁਰੂ ਜੀ ਨੇ ਕਿਹਾ, ਜਿਹੜੇ ਮਨੁੱਖ ਹਉਮੈ ਤੇ ਮੇਰ ਤੇਰ ਵਿੱਚ ਬੱਝੇ ਹੋਏ ਸਨ ਉਹ ਸੰਸਾਰ ਵਿੱਚ ਬਹੁਤ ਦੁੱਖ ਭੋਗਦੇ ਹਨ। ਪੂਰਾ ਗੁਰੂ ਧਾਰਨ ਤੋਂ ਬਗੈਰ ਮਨੁੱਖ ਜਨਮ ਮਰਨ ਤੋਂ ਨਹੀਂ ਛੁੱਟਦਾ। ਇਸ ਕਰਕੇ ਹੰਗਤਾ ਮਮਤਾ ਮੇਰ ਤੇਰ ਨੂੰ ਛੱਡ ਕੇ ਪ੍ਰੇਮ ਨਾਲ ਮਨ ਲਗਾ ਕੇ ਵਾਹਿਗੁਰੂ 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 ਜਪ, ਹਉਮੈ ਛੱਡ ਕੇ ਨਾਮ ਵਿੱਚ ਮਨ ਜੋੜ ਅਤੇ ਪਰਮੇਸ਼ਰ ਦਾ ਭਾਣਾ ਮਨ। ਇਸ ਤਰ੍ਹਾਂ ਮਨ ਵਿੱਚ ਸ਼ਾਂਤੀ ਪ੍ਰਾਪਤ ਹੋਵੇਗੀ। ਮਨ ਸੁਖ ਕਾਫੀ ਸਮਾਂ ਸੁਲਤਾਨਪੁਰ ਰਹਿ ਕੇ ਗੁਰੂ ਜੀ ਦੀ ਸੇਵਾ ਕਰਦਾ ਰਿਹਾ, ਫਿਰ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਨੂੰ ਚਲਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸ਼ਨ ਪਹਿਲਾ, ਮਰਦਾਨੇ ਨੇ ਗੁਰੂ ਜੀ ਨੂੰ ਆਪਣਾ ਸੁਲਤਾਨਪੁਰ ਆਉਣ ਦਾ ਕੀ ਕਾਰਨ ਦੱਸਿਆ? ਦੂਸਰਾ ਪ੍ਰਸ਼ਨ, ਗੁਰੂ ਜੀ ਨੇ ਭਗੀਰਥ ਨੂੰ ਵਿਆਹ ਦਾ ਸਮਾਨ ਲੈਣ ਵਾਸਤੇ ਕਿੱਥੇ ਭੇਜਿਆ ਤੇ ਉਹ ਕਿਸ ਨੂੰ ਨਾਲ ਲੈ ਕੇ ਆਇਆ? ਤੀਸਰਾ ਪ੍ਰਸ਼ਨ, ਭਗੀਰਥ ਨੇ ਸ਼ਾਹੂਕਾਰ ਨੂੰ ਦੂਜੀ ਰਾਤ ਰਹਿਣ ਨੂੰ ਮਨਾ ਕਿਉਂ ਕੀਤਾ? ਚੌਥਾ ਪ੍ਰਸ਼ਨ, ਜਦੋਂ ਗੁਰੂ ਜੀ ਪਾਸ ਲਾਹੌਰ ਤੋਂ ਭਗੀਰਥ ਜੀ ਤੇ ਮਨਸੁਖ ਆਏ ਤਾਂ ਗੁਰੂ ਜੀ ਨੇ ਕੀ ਕਿਹਾ? ਪੰਜਵਾਂ ਪ੍ਰਸ਼ਨ, ਗੁਰੂ ਜੀ ਨੇ ਮਨ ਸੁਖ ਨੂੰ ਸੱਚੇ ਸੁਖ ਦੀ ਪ੍ਰਾਪਤੀ ਕਿਸ ਤਰ੍ਹਾਂ ਦੱਸੀ?